ਧੰਨਵਾਦ ਹੈ ਜੀ ਸਮੂਹ ਸੰਗਤਾਂ ਦਾ ਜੁੜਨ ਦੇ ਲਈ। ਐਤਵਾਰ ਦਾ ਦੀਵਾਨ ਸ਼ੁਰੂ ਕਰ ਰਹੇ ਹਾਂ ਜੀ। ਗੁਰੂ ਸਾਹਿਬ ਕਿਰਪਾ ਬਣਾਈ ਰੱਖਣ। ਸਾਡੇ ਅੱਜ ਦੇ ਮਹਿਮਾਨ ਸੱਜਣ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਡੀਪੀ ਸਿੰਘ ਜੀ, PhD ਨੇ ਜੀ ਫਿਜ਼ਿਕਸ ਦੇ ਵਿੱਚ ਅੰਮ੍ਰਿਤਸਰ ਤੋਂ। ਸਾਡੇ ਬਹੁਤ ਸਤਿਕਾਰਯੋਗ ਡਾਕਟਰ SS ਭੱਟੀ ਜੀ ਉਹਨਾਂ ਦੇ ਨਾਲ ਰਹੇ ਨੇ ਜੀ। ਉਸ ਤੋਂ ਬਾਅਦ ਜ਼ਿਆਦਾਤਰ ਇਹਨਾਂ ਦੇ ਜਿਹੜੇ ਟੋਪਿਕਸ ਨੇ ਨਾ ਜੀ, ਉਹ ਕਿਉਂਕਿ ਇਹਨਾਂ ਦਾ ਜੋ ਮੈਂ ਪੜ੍ਹ ਰਿਹਾ ਸੀਗਾ ਕੁਦਰਤ ਕਾਦਰ ਦੇ ਨਾਲ ਬਹੁਤ ਕਾਇਨਾਤ ਨਾਲ ਬਹੁਤ ਪਿਆਰ ਆ ਜੀ। ਇਸ ਪਿਆਰ ਦੀ ਖਿੱਚ ਨੂੰ ਪੱਕਾ ਕਰਨ ਦੇ ਲਈ ਇਹਨਾਂ ਨੇ ਮਾਂ ਬੋਲੀ ਦੇ ਵਿੱਚ ਤਕਰੀਬਨ 20 ਤੋਂ ਵੱਧ ਕਿਤਾਬਾਂ ਲਿਖੀਆਂ ਨੇ ਤੇ ਆਪਣੇ ਇਸ ਖਜ਼ਾਨੇ ਨੂੰ ਆਪਣੇ ਝੋਲੀ ਚ ਪਾ ਕੇ ਵਿਗਿਆਨ ਦੀਆਂ ਕਿਤਾਬਾਂ ਲਿਖ ਕੇ ਤੇ ਇਹਨਾਂ ਨੇ ਸਾਨੂੰ ਬਹੁਤ ਅਮੀਰ ਬਣਾਇਆ ਆ। ਇਹਨਾਂ ਦਾ ਜਿਹੜਾ ਸ਼ੁਮਾਰ ਹੈ ਜੀ ਉਹ ਦੁਰਲੱਭ ਵਿਗਿਆਨੀ ਬਹੁਤ ਘੱਟ ਗਿਣਤੀ ਨੇ ਜਿਹੜੇ ਲੋਕ ਵਿਗਿਆਨ ਦੇ ਵਿੱਚ ਸਾਇੰਸ ਦੇ ਵਿੱਚ ਉਹਨਾਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੁੰਦਾ ਆ। ਇਹਨਾਂ ਨੇ ਵੱਖਰੇ ਤੌਰ ਤੇ ਨਿੱਜੀ ਪ੍ਰੋਫੈਸ਼ਨ ਦੇ ਨਾਲ ਨਾਲ ਮਾਂ ਬੋਲੀ ਦੀ ਸੇਵਾ ਵੀ ਕੀਤੀ ਹੈ, ਗੁਰਬਾਣੀ ਦੇ ਨਾਲ ਵੀ ਜੁੜੇ ਨੇ, ਐਨਵਾਇਰਮੈਂਟ ਦੇ ਨਾਲ ਵੀ, ਸਾਹਿਤ ਦੇ ਨਾਲ ਵੀ, ਤੇ ਇਹਨਾਂ ਦੀ ਕਲਮ ਜਿਹੜੀ ਹੈ ਉਹ ਕਹਿੰਦੇ ਨੇ ਵੀ ਉਹਨਾਂ ਦੇ ਸ਼ਬਦਾਂ ਦੇ ਇਹ ਜਾਦੂਗਰ ਨੇ ਜੀ। ਗੁਰੂ ਸਾਹਿਬ ਇਹਨਾਂ ਤੇ ਕਿਰਪਾ ਬਣਾਈ ਰੱਖਣ ਜੀ। ਅੱਜ ਦਾ ਇਹਨਾਂ ਦਾ ਜਿਹੜਾ ਟੌਪਿਕ ਹੈ ਜੀ ਉਹ ਹੈਗਾ ਜੀ ਕਲਾਈਮੇਟ ਚੇਂਜ ਪ੍ਰੋਬਲਮਸ ਕਿੱਦਾਂ ਨੇ ਤੇ ਉਸ ਤੋਂ ਇਲਾਵਾ ਕਰੰਟ ਸਿਨੇਰੀਓ ਤੇ ਫਿਊਚਰ ਆਪਸ਼ਨਸ ਕੀ ਨੇ ਜੀ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਆਪ ਜੀ ਦਾ ਜੁੜਨ ਦੇ ਲਈ। ਜੀ ਸ਼ੁਰੂ ਕਰਨਾ ਇਜਾਜ਼ਤ ਹੈ? ਹਾਂਜੀ ਹਾਂਜੀ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਸਕਰੀਨ ਸ਼ੇਅਰ ਕਰ ਰਿਹਾ, ਯੂ ਆਰ ਏਬਲ ਟੂ ਸੀ ਇਟ? ਹੈਲੋ ਹਾਂਜੀ ਦੇਖ ਰਾਜਾ ਭਾਜੀ ਦੇਖਿਓ। ਨਹੀਂ ਅਜੇ ਨਹੀਂ ਜੀ ਅਜੇ ਨਹੀਂ। ਅੱਛਾ ਜਸਟ ਵਨ ਮਿੰਟ ਲੈਟ ਮੀ ਗੋ ਆਊਟ ਐਂਡ ਯਾ। ਅੱਜ ਦਾ ਇਹ ਟੌਪਿਕ ਜਿਹੜਾ ਬੇਸ਼ਿਕ ਸਾਰੀਆਂ ਸਲਾਈਡਸ ਅਸੀਂ ਇੰਗਲਿਸ਼ 'ਚ ਨੇ, ਪਰ ਮੈਂ ਇਹ ਆਡੀਅੰਸ ਦੇ ਮੱਦੇਨਜ਼ਰ ਕੋਸ਼ਿਸ਼ ਕਰਾਂਗਾ ਕਿ ਇਹਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਗੱਲਾਂ। ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੁਦਰਤ ਨਾਲ ਪਿਆਰ ਕਰਨ ਦਾ, ਕੁਦਰਤ ਨਾਲ ਇੱਕ ਸੁਮੇਲਤਾ ਭਰਿਆ ਸੰਬੰਧ ਕਾਇਮ ਰੱਖਣ ਦਾ ਸਦਾ ਉਤਸ਼ਾਹਿਤ ਕੀਤਾ ਹੈ, ਸਦਾ ਗਾਈਡੈਂਸ ਬਖਸ਼ੀ ਹੈ। ਪਰ ਸਾਨੂੰ ਇਹ ਅੱਜ ਸਮਝਣ ਦੀ ਲੋੜ ਹੈ ਕਿ ਕੁਦਰਤ ਦੇ ਵਿੱਚ ਕਿਸ ਤਰ੍ਹਾਂ ਦਾ ਵਿਗਾੜ ਪੈਦਾ ਹੋ ਗਿਆ, ਸਾਡੀਆਂ ਕਿਹੜੀਆਂ ਐਕਟੀਵਿਟੀ ਕਰਕੇ ਪੈਦਾ ਹੋਇਆ ਹੈ ਤੇ ਅਸੀਂ ਉਹਦੇ ਵਿੱਚ ਕੀ ਰੋਲ ਅਦਾ ਕਰ ਸਕਦੇ ਹਾਂ ਕਿ ਕੁਦਰਤ ਦੇ ਵਿੱਚ ਜਿਹੜਾ ਵਿਗਾੜ ਪੈਦਾ ਹੋਇਆ ਹੈ ਉਸਨੂੰ ਸਹੀ ਕਰਨ ਦੇ ਵਿੱਚ ਅਸੀਂ ਸਹੀ ਰੋਲ ਅਦਾ ਕਰ ਸਕੀਏ। ਇਹ ਸਮੱਸਿਆ ਸਾਡੇ ਪੰਜਾਬ ਦੇ ਵਿੱਚ ਵੀ ਹੈ, ਇੰਡੀਆ ਦੇ ਵਿੱਚ ਔਰ ਆਲ ਓਵਰ ਦਾ ਵਰਲਡ ਵੀ ਹੈ ਤੇ ਉਹ ਸਮੱਸਿਆ ਨੂੰ ਸਮਝਣ ਦੇ ਸੰਬੰਧ ਲਈ ਹੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਤੇ ਵਿਸ਼ੇ ਦਾ ਨਾਂ ਹੈ ਕਲਾਈਮੇਟ ਕ੍ਰਾਈਸਿਸ ਕਰੰਟ ਸਿਨੈਰੀਓ ਐਂਡ ਫਿਊਚਰ ਆਪਸ਼ਨ ਏ ਗਲੋਬਲ ਪਰਸਪੈਕਟਿਵ। ਸੋ ਅਸੀਂ ਪੂਰੀ ਦੁਨੀਆਂ ਦੇ ਵਿੱਚ ਦੇਖਾਂਗੇ ਕਿ ਇਹ ਜਿਹੜਾ ਸਾਡਾ ਜਲਵਾਯੂ ਹੈ ਜਾਂ ਵਾਤਾਵਰਨ ਹੈ ਉਹਦੇ ਵਿੱਚ ਕਿਹੋ ਜਿਹੀ ਸਮੱਸਿਆ ਆ ਰਹੀ ਹੈ, ਅਸੀਂ ਅੱਜ ਕਿੱਥੇ ਖੜੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਿਹੜੇ ਢੰਗ ਦੇ ਨਾਲ ਇਸ ਨੂੰ ਇਸ ਦੇ ਵਿੱਚ ਸੁਧਾਰ ਲਿਆ ਸਕਦੇ ਹਾਂ। ਇਹ ਹੈ ਜੀ ਸਾਡੀ ਧਰਤੀ ਜੋ 1972 ਦੇ ਵਿੱਚ ਅਪੋਲੋ ਜਿਹੜੇ ਭੇਜੇ ਸੀਗੇ ਸਪੇਸ ਕਰਾਫਟ ਅਸੀਂ ਚੰਦ ਵੱਲ ਨੂੰ ਉਹਦੇ 'ਤੇ ਇਹ ਫੋਟੋ ਲਈ ਗਈ ਹੈ। ਇਹ ਨੀਲਾ ਗ੍ਰਹਿ ਇਹਨੂੰ ਵੀ ਕਹਿੰਦੇ ਨੇ ਜਾਂ ਬਲੂ ਮਾਰਬਲ। ਇਹ ਨੀਲਾ ਇਸ ਕਰਕੇ ਦਿਖਾਈ ਦਿੰਦਾ ਹੈ ਕਿ ਇਹਦੇ ਉੱਤੇ 70% ਧਰਤੀ ਦੇ ਉੱਤੇ ਪਾਣੀ ਨਾਲ ਢੱਕਿਆ ਹੋਇਆ ਹੈ ਔਰ ਇਹ ਬਹੁਤ ਹੀ ਨਾਜ਼ੁਕ ਇਹਦਾ ਸਿਸਟਮ ਹੈ ਜਿਹਦੇ ਵਿੱਚ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਹਾਂ। ਬੜੇ ਭਾਗਾਂ ਵਾਲੇ ਹਾਂ ਕਿ ਪੂਰੇ ਸੂਰਜ ਮੰਡਲ ਦੇ ਵਿੱਚ ਇਹੋ ਹੀ ਇੱਕ ਗ੍ਰਹਿ ਹੈ ਅੱਜ ਤਾਈਂ ਸਾਨੂੰ ਪਤਾ ਲੱਗਿਆ ਜਿਹਦੇ ਉੱਤੇ ਜੀਵਨ ਹੈ, ਹੋਰ ਕਿਸੇ ਗ੍ਰਹਿ ਦੇ ਉੱਤੇ ਜੀਵਨ ਨਹੀਂ ਹੈ। ਸੋ ਇਹ ਬਹੁਤ ਹੀ ਨਾਜ਼ੁਕ ਇਸਦਾ ਸਾਰਾ ਸਿਸਟਮ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਹੁਣ ਤੁਸੀਂ ਦੇਖੋ ਕਿ ਇੱਕ ਇਹ ਸਾਨੂੰ ਪਤਲੀ ਜਿਹੀ ਬਲੂ ਕਲਰ ਦੀ ਪੱਟੀ ਦਿਖਾਈ ਦੇ ਰਹੀ ਹੈ, ਇਹ ਜਿਹੜੀ ਸਾਡੀ ਧਰਤੀ ਦਾ ਵਾਯੂਮੰਡਲ ਹੈ। ਇਹ 50 ਕਿਲੋਮੀਟਰ ਜਿਹੜੀ ਹੈ ਸਾਡੇ ਪਾਸ ਚੌੜੀ ਪੱਟੀ ਹੈ, ਉਸ ਤੋਂ ਅੱਗੇ ਜਾ ਕੇ ਬਹੁਤ ਥਿਨ ਹੋ ਜਾਂਦੀ ਹੈ, ਬਹੁਤ ਪਤਲਾ ਹੋ ਜਾਂਦਾ ਹੈ। ਉਸਦੇ ਵਿੱਚ ਸਾਹ ਨਹੀਂ ਲਿਆ ਜਾ ਸਕਦਾ ਜਦੋਂ ਅਸੀਂ ਡਾਇਰੈਕਟਲੀ ਉੱਪਰ 50 ਕਿਲੋਮੀਟਰ ਤੋਂ ਉੱਪਰ ਨਿਕਲ ਜਾਂਦੇ ਹਾਂ। ਤੇ ਇਸੇ ਦੇ ਵਿੱਚ ਹੀ ਇਹ ਸਮਾਲ ਜਿਹੜੀ ਥਿਨ ਪੱਟੀ ਹੈ ਇਹਦੇ ਵਿੱਚ ਹੀ ਅਸੀਂ ਆਪਣਾ ਜੀਵਨ ਬਸਰ ਕਰਦੇ ਹਾਂ, ਸਾਹ ਲੈਂਦੇ ਹਾਂ, ਜੀਵ ਜੰਤੂ ਪੌਦੇ ਸਾਰੇ ਇਹ ਇਸੇ ਪੱਟੀ ਤੋਂ ਆਪਣਾ ਜਿਹੜਾ
ਲੋੜੀਂਦੀ ਸਾਹਾਂ ਦੀ ਦੌਲਤ ਇਕੱਠੀ ਕਰਦੇ ਨੇ, ਪਰ ਹੋ ਕੀ ਰਿਹਾ ਹੈ ਕਿ ਇਹ ਪੱਟੀ ਨੂੰ ਅਸੀਂ ਇਸ ਪੱਟੀ ਦੇ ਵਿੱਚ ਇੰਨਾ ਜ਼ਿਆਦਾ ਅਸੀਂ ਪੋਲਿਊਸ਼ਨ ਪੈਦਾ ਕਰ ਦਿੱਤਾ ਵਾਯੂਮੰਡਲ ਦੇ ਵਿੱਚ, ਜਿਹੜਾ ਸਾਡੇ ਸਾਰੇ ਪਾਸੇ ਇਹ ਫੈਲਿਆ ਹੈ ਕਿ ਅੱਜ ਸਾਨੂੰ ਲੋੜ ਪੈ ਰਹੀ ਹੈ ਸੋਚਣ ਦੀ। ਔਰ ਉਹ ਸੋਚਣ ਦੇ ਲਈ ਤਿੰਨ ਸਵਾਲ ਨੇ ਸਾਡੇ ਸਾਹਮਣੇ ਵੱਡੇ, ਜਿਹਨਾਂ ਦੀ ਅਸੀਂ ਅੱਜ ਗੱਲ ਕਰਾਂਗੇ। ਪਹਿਲਾ ਸਵਾਲ ਹੈ ਮਸਟ ਵੀ ਚੇਂਜ, ਕਿ ਸਾਨੂੰ ਬਦਲਣ ਦੀ ਲੋੜ ਹੈ। ਦੂਸਰਾ ਹੈ ਕੈਨ ਵੀ ਚੇਂਜ, ਦੂਸਰਾ ਸਵਾਲ ਹੈ ਕਿ ਅਸੀਂ ਬਦਲ ਸਕਦੇ ਹਾਂ, ਤੇ ਤੀਸਰਾ ਸਵਾਲ ਹੈ ਕਿ ਅਸੀਂ ਬਦਲਾਂਗੇ ਆਪਣੇ ਆਪ ਨੂੰ। ਅਸੀਂ ਜਿਹੜੇ ਢੰਗ ਨਾਲ ਜੀਵਨ ਬਸਰ ਕਰ ਰਹੇ ਹਾਂ ਉਸਦੇ ਵਿੱਚ ਬਦਲਾਅ ਦੀ ਲੋੜ ਹੈ। ਸੋ ਪਹਿਲਾ ਸਵਾਲ ਹੈ ਮਸਟ ਵੀ ਚੇਂਜ, ਕੀ ਸਾਨੂੰ ਬਦਲਣ ਦੀ ਲੋੜ ਹੈ, ਕੀ ਬਦਲਣਾ ਜ਼ਰੂਰੀ ਹੈ ਸਾਡੇ ਲਈ। ਹੁਣ ਤੁਸੀਂ ਦੇਖੋ ਕਿ ਇਹ ਸਾਡੀ ਧਰਤੀ ਹੈ ਤੇ ਉਸਦੇ ਆਲੇ ਦੁਆਲੇ ਜਿਹੜਾ ਇਹ ਪਤਲੀ ਜਿਹੀ ਅਸੀਂ ਇਹ ਸਟਿਪ ਦਿਖਾਈ ਦਿੱਤੀ, ਉਹ ਸਾਡਾ ਵਾਯੂਮੰਡਲ ਹੈ ਜੋ ਸਾਡੀ ਧਰਤੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਇਸ ਦੇ ਉੱਤੇ ਜੀਵਨ ਨੂੰ ਜੀਵਨ ਹੋਂਦ ਨੂੰ ਸਥਾਈ ਬਣਾਉਣ 'ਚ ਮਦਦ ਕਰਦਾ ਹੈ। ਤੇ ਸੂਰਜ ਸਾਡਾ ਉਹ ਦੇਵਤਾ ਹੈ ਜਿਹਦੇ ਤੋਂ ਲਗਾਤਾਰ ਸਾਨੂੰ ਊਰਜਾ ਦਾ ਗਿਫਟ ਮਿਲ ਰਿਹਾ ਹੈ, ਐਨਰਜੀ ਦਾ ਗਿਫਟ ਮਿਲ ਰਿਹਾ ਹੈ। ਉਹ ਐਨਰਜੀ ਦੇ ਨਾਲ ਧਰਤੀ ਦੇ ਉੱਤੇ ਜੀਵਨ ਪਲਰਦਾ ਹੈ, ਪੌਦੇ ਆਪਣੀ ਖੁਰਾਕ ਬਣਾਉਂਦੇ ਨੇ, ਜੀਵ ਜੰਤੂ ਉਹਨਾਂ ਪੌਦਿਆਂ ਤੋਂ ਪੈਦਾ ਕੀਤੀ ਖੁਰਾਕ ਨੂੰ ਖਾ ਕੇ ਆਪਣਾ ਜੀਵਨ ਬਸਰ ਕਰਦੇ ਨੇ। ਜੇ ਕਹਿੰਦੇ ਨੇ ਕਿ ਕੁਛ ਦਿਨਾਂ ਲਈ ਸੂਰਜ ਗਾਇਬ ਹੋ ਜਾਏ ਤਾਂ ਧਰਤੀ ਦਾ ਟੈਂਪਰੇਚਰ ਇੰਨਾ ਗਿਰ ਜਾਏਗਾ ਕਿ ਇਸ ਉੱਤੇ ਜੀਵਨ ਜਿਹੜਾ ਖਤਰੇ 'ਚ ਆ ਜਾਏਗਾ। ਸੋ ਸੂਰਜ ਤੋਂ ਸਾਨੂੰ ਰੋਸ਼ਨੀ ਦੇ ਨਾਲ ਨਾਲ ਜਿਹੜੀ ਗਰਮੀ ਔਰ ਜਿਹਨੂੰ ਅਸੀਂ ਕਹਿੰਦੇ ਹੀਟ ਜੋ ਜੀਵਨ ਦੇ ਲਈ ਜ਼ਰੂਰੀ ਹੈ ਉਹ ਮਿਲਦੀ ਹੈ। ਹੁਣ ਇਹ ਸੂਰਜ ਤੋਂ ਆ ਰਹੀ ਰੋਸ਼ਨੀ ਤਿੰਨ ਤਰ੍ਹਾਂ ਦੇ ਨਾਲ ਧਰਤੀ ਦੇ ਉੱਤੇ ਐਕਟ ਕਰਦੀ ਹੈ। ਇੱਕ ਤਾਂ ਜਿੰਨੀ ਵੀ ਇਹ ਸੂਰਜ ਤੋਂ ਆ ਰਹੀ ਰੋਸ਼ਨੀ ਹੈ, ਕਿਰਨਾਂ ਨੇ ਇਹ ਸਾਡੇ ਵਾਯੂਮੰਡਲ ਨੂੰ ਪਾਰ ਕਰਕੇ ਧਰਤੀ 'ਤੇ ਪਹੁੰਚਦੀਆਂ ਨੇ, ਅਤੇ ਇਹਦਾ ਲਗਭਗ 50% ਹਿੱਸਾ ਧਰਤੀ ਦੀ ਸਤ੍ਹਾ ਦੁਆਰਾ ਸੋਖ ਲਿਆ ਜਾਂਦਾ ਹੈ। ਧਰਤੀ ਦੀ ਸਤ੍ਹਾ ਦੇ ਪਾਣੀ ਸਮੁੰਦਰ ਵੀ ਹੈ ਉਹ ਵੀ ਸੋਖਦੇ ਨੇ, ਅਤੇ ਜਿਹੜੀ ਸੋਇਲ ਹੈ ਉਹ ਵੀ ਸੋਖਦੀ ਹੈ। ਇਹ ਦੂਸਰਾ ਹਿੱਸਾ ਜਿਹੜਾ ਹੈ ਲਗਭਗ 23% ਉਹ ਧਰਤੀ ਨਾਲ ਟਕਰਾ ਕੇ ਇਹਦੇ ਵਾਯੂਮੰਡਲ 'ਚੋਂ ਬਾਹਰ ਨਿਕਲ ਜਾਂਦਾ ਵਾਪਸ ਪੁਲਾੜ 'ਚ, ਅਤੇ ਲਗਭਗ 28% ਹਿੱਸਾ ਜਿਹੜਾ ਹੈ ਸੂਰਜ ਇਹ ਸਾਡਾ ਜਿਹੜਾ ਵਾਯੂਮੰਡਲ ਹੈ ਉਸ ਦੁਆਰਾ ਸੋਖ ਲਿਆ ਜਾਂਦਾ, ਉਹਦੇ 'ਚ ਜਿਹੜੀਆਂ ਗੈਸਾਂ ਆ ਉਹ ਉਹਨੂੰ ਅਬਜ਼ੋਰਬ ਕਰ ਲੈਂਦੀਆਂ। ਸੋ ਤਿੰਨ ਹਿੱਸਿਆਂ 'ਚ ਸੂਰਜ ਤੋਂ ਆ ਰਹੀ ਸ਼ਕਤੀ ਜਾਂ ਊਰਜਾ ਹੈ 50% ਧਰਤੀ ਅਬਜ਼ੋਰਬ ਕਰਦੀ ਹੈ, 23% ਵਾਪਸ ਮੁੜ ਜਾਂਦਾ ਹੈ, ਅਤੇ 27% ਜਿਹੜਾ ਹੈ ਵਾਯੂਮੰਡਲ ਉਹਨੂੰ ਅਬਜ਼ੋਰਬ ਕਰ ਲੈਂਦਾ ਹੈ। ਹੁਣ ਹੋ ਕੀ ਰਿਹਾ ਹੈ? ਤੁਸੀਂ ਦੇਖੋਗੇ ਕਿ ਜੇ ਸਾਡੇ ਵਾਯੂਮੰਡਲ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਵੱਧ ਜਾਂਦੀ ਹੈ ਬਹੁਤ ਜ਼ਿਆਦਾ, ਤਾਂ ਇਹ ਸਾਡਾ ਵਾਯੂਮੰਡਲ 'ਚ ਆ ਰਹੀਆਂ ਸੂਰਜ ਦੀਆਂ ਕਿਰਨਾਂ ਨੂੰ ਅਬਜ਼ੋਰਬ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਦੇ ਨਾਲ ਸਾਡੇ ਵਾਯੂਮੰਡਲ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹ ਸਭ ਤੋਂ ਵੱਡੀ ਸਮੱਸਿਆ ਹੈ। ਔਰ ਇਹ ਕਾਰਬਨ ਡਾਈਆਕਸਾਈਡ ਕਿਉਂ ਵੱਧ ਰਹੀ ਹੈ ਸਾਡੇ ਵਾਯੂਮੰਡਲ 'ਚ? ਇਹ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਨੇ ਸਾਡੇ ਜਿਹੜੇ ਵਾਤਾਵਰਨ ਦੇ ਵਿੱਚ ਬਹੁਤ ਵੱਡੀ ਤਬਦੀਲੀ ਕੀਤੀ ਹੈ। ਔਰ ਕਿੱਥੋਂ ਵੱਧ ਰਹੀ ਹੈ ਉਹ ਅਸੀਂ ਹੁਣ ਦੇਖਾਂਗੇ। ਦੇਖੋ ਸਾਡੀਆਂ ਜਿਹੜੀਆਂ ਫੈਕਟਰੀਜ਼ ਨੇ 152 million ਟਨ ਗਲੋਬਲ ਵਾਰਮਿੰਗ ਗੈਸਿਸ ਹਰ 24 ਘੰਟੇ ਦੇ ਵਿੱਚ ਵਾਯੂਮੰਡਲ ਦੇ ਵਿੱਚ ਭੇਜ ਰਹੀਆਂ ਨੇ। ਇੱਦਾਂ ਹੈ ਕਿ ਜਿੱਦਾਂ ਅਸੀਂ ਓਪਨ ਸੀਵਰ ਦੇ ਵਿੱਚ ਜਿੱਦਾਂ ਗੰਦੇ ਨਾਲੇ ਦੇ ਵਿੱਚ ਗੰਦਗੀ ਸਿੱਟੀ ਜਾ ਰਹੇ ਹਾਂ, ਇਸੇ ਤਰ੍ਹਾਂ ਅਸੀਂ ਵਾਯੂਮੰਡਲ ਜਿਹੜਾ ਸਾਡੇ ਸਾਹ ਲੈਣ ਲਈ ਬਹੁਤ ਮਹੱਤਵਪੂਰਨ ਹੈ ਉਹਦੇ 'ਚ ਹਰ 24 ਘੰਟੇ 'ਚ 152 million ਟਨਸ ਆਫ ਗਲੋਬਲ ਵਾਰਮਿੰਗ ਗੈਸਿਸ ਭੇਜ ਰਹੇ ਹਾਂ ਸਾਡੀਆਂ ਫੈਕਟਰੀਜ਼, ਸਾਡੇ ਹੋਰ ਜਿਹੜੇ ਕਾਰਜ ਨੇ। ਹੋਰ ਕਿਹੜੇ ਕਾਰਜ ਨੇ ਉਹ ਅਸੀਂ ਇੱਥੇ ਦੇਖ ਸਕਦੇ ਹਾਂ। ਇਹ ਗ੍ਰੀਨ ਹਾਊਸ ਗੈਸਿਸ ਦੇ ਵਿੱਚ ਕਾਰਬਨ ਡਾਈਆਕਸਾਈਡ ਮੇਨ ਹੈ, ਹੋਰ ਵੀ ਗੈਸਾਂ ਨੇ ਜਿੱਦਾਂ ਮੀਥੇਨ ਹੈ। ਜੰਗਲਾਂ ਨੂੰ ਹੁਣ ਤੁਸੀਂ ਦੇਖੋ ਕਿ ਪਿੱਛੇ ਫੋਰਟ ਮੈਕਮਰੀ ਦੇ ਵਿੱਚ ਵਾਈਲਡ ਫਾਇਰ ਲੱਗੀਆਂ ਸੀ, ਕਿੰਨਾ ਨੁਕਸਾਨ ਹੋਇਆ। ਇਸੇ ਤਰ੍ਹਾਂ ਕੈਲਗਰੀ ਦੇ ਵਿੱਚ ਵੀ ਜਿਹੜੀ ਵਾਈਲਡ ਫਾਇਰ ਲੱਗੀਆਂ, ਔਰ ਲੈਂਡ ਟਰਾਂਸਪੋਰਟ ਕਰਕੇ ਕੋਲ ਮਾਈਨਸ ਦੇ ਵਿੱਚੋਂ ਇੰਡਸਟਰੀਅਲ ਪ੍ਰੋਸੈਸ 'ਚੋਂ ਇਹਦੇ 'ਚੋਂ ਸਾਰੀਆਂ ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡ, ਮੀਥੇਨ ਗੈਸਿਸ, ਇਹ ਸਾਰੀਆਂ ਗਲੋਬਲ ਵਾਰਮਿੰਗ ਗੈਸਿਸ ਨੇ ਜਿਹੜੀਆਂ ਵਾਯੂਮੰਡਲ 'ਚ ਲਗਾਤਾਰ ਜਾ ਰਹੀਆਂ, ਅਤੇ ਉਹਦੇ ਕਰਕੇ ਜਿਹੜਾ ਸਾਡਾ ਵਾਯੂਮੰਡਲ ਆ
ਉਸਦੇ ਵਿੱਚ ਤਾਪਮਾਨ ਜਿਹੜਾ ਸ਼ੁਰੂ ਤੋਂ ਆ ਰਹੀਆਂ ਕਿਰਨਾਂ ਨੂੰ ਅਬਜ਼ਰਵ ਕਰਕੇ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਔਰ ਇਹ ਕਿੰਨਾ ਕੁ ਵੱਧ ਰਿਹਾ ਹੈ ਇਹ ਵੀ ਅਸੀਂ ਦੇਖਾਂਗੇ ਗਲੋਬਲ ਵਾਰਮਿੰਗ ਦੇ ਨਾਲ ਜਦੋਂ ਅਸੀਂ ਇਹ ਨੋਟ ਕੀਤਾ ਕਿ ਕਿੰਨੇ ਕੁ ਟਨ ਕਾਰਬਨ ਜਿਹੜੀ ਕਿ ਤਾਪਮਾਨ ਵਧਾਉਣ ਦੇ ਵਿੱਚ ਨੁਕਸਾਨ ਕਰ ਰਹੀ ਹੈ ਬਿਲੀਅਨ ਮੈਟ੍ਰਿਕ ਟਨ ਕਿੱਦਾਂ ਲਗਾਤਾਰ ਇਹ ਵੱਧ ਰਹੀ ਹੈ ਗਲੋਬਲ ਵਾਰਮਿੰਗ ਕਰਕੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਇਸਦੀ ਮਾਤਰਾ ਬਹੁਤ ਤੇਜ਼ੀ ਨਾਲ ਵਧੀ ਹੈ ਜਦੋਂ ਅਸੀਂ ਇਸਦਾ ਜਿਹੜੇ ਸਾਇੰਟਿਸਟ ਨੇ ਸਟੱਡੀ ਕੀਤੀ ਤਾਂ ਪਤਾ ਲੱਗਿਆ ਕਿ ਵੀ ਜਿਹੜੀਆਂ ਫੋਸਲ ਫਿਊਲਸ ਹੈ ਜਿਹੜੀਆਂ ਕਿ ਪੈਟਰੋਲੀਅਮ ਤੋਂ ਪ੍ਰੋਸੈਸ ਕਰਕੇ ਅਸੀਂ ਅਲੱਗ ਅਲੱਗ ਤਰ੍ਹਾਂ ਦਾ ਡੀਜ਼ਲ ਪੈਟਰੋਲ ਅਤੇ ਹੋਰ ਗੈਸਿਸ ਬਣਾਈਆਂ ਜਿਹਨਾਂ ਨੂੰ ਅਸੀਂ ਆਪਣੀਆਂ ਵਹੀਕਲਸ ਬਰਨ ਕਰਦੇ ਹਾਂ ਜਾਂ ਆਪਣੀ ਇੰਡਸਟਰੀਜ਼ 'ਚ ਬਰਨ ਕਰਦੇ ਹਾਂ ਉਹਦੇ ਨਾਲ ਜਿਹੜੀਆਂ ਗੈਸਾਂ ਪੈਦਾ ਹੁੰਦੀਆਂ ਕੋਲੇ ਨੂੰ ਬਰਨ ਕਰਕੇ ਜਿਹੜੀਆਂ ਗੈਸਾਂ ਪੈਦਾ ਹੁੰਦੀਆਂ ਉਹ ਸੈਕਿੰਡ ਵਰਲਡ ਵਾਰ ਤੋਂ ਬਾਅਦ ਬਹੁਤ ਤੇਜ਼ੀ ਦੇ ਨਾਲ ਉਹਨਾਂ ਦੀ ਮਾਤਰਾ ਸਾਡੇ ਵਾਯੂਮੰਡਲ 'ਚ ਵਧੀ ਹੈ ਔਰ ਉਸਦੇ ਨਤੀਜੇ ਵਜੋਂ ਧਰਤੀ ਦਾ ਤਾਪਮਾਨ ਜਿਹੜਾ ਹੈ ਆਪਣੇ ਜਿਹੜਾ ਮੱਧਮਾਨ ਤਾਪਮਾਨ ਸੀ 1880 ਤੋਂ ਲੈ ਕੇ 2019 ਤੱਕ ਦਾ ਸਾਡੇ ਪਾਸ ਇਹ ਗ੍ਰਾਫ ਹੈ ਜਿਹਦੇ 'ਚ ਦੱਸ ਰਹੇ ਨੇ ਕਿ ਲਗਾਤਾਰ ਤਾਪਮਾਨ ਸੈਕਿੰਡ ਵਰਲਡ ਵਾਰ ਤੋਂ ਬਾਅਦ ਲਗਾਤਾਰ ਤਾਪਮਾਨ 'ਚ ਵਾਧਾ ਹੋ ਰਿਹਾ ਹੈ ਅਤੇ ਆਉਣ ਵਾਲਾ ਜਿਹੜਾ ਇਹ ਦੇਖੋ ਇਹਨਾਂ ਸਾਲਾਂ ਦੇ ਵਿੱਚ 2010 ਤੋਂ ਲੈ ਕੇ 2020 ਦੇ ਵਿੱਚ ਜਿਹੜਾ ਤਾਪਮਾਨ ਹੈ ਸਾਡੇ ਵਾਯੂਮੰਡਲ ਦਾ ਬਹੁਤ ਜ਼ਿਆਦਾ ਉਹਦੇ ਵਿੱਚ ਜਿਹੜਾ ਮੱਧਮਾਨ ਤਾਪਮਾਨ ਨਾਲੋਂ 1 ਦਰਜੇ ਦਾ ਵਾਧਾ ਹੋ ਗਿਆ ਹੈ ਔਰ ਵਿਗਿਆਨੀਆਂ ਦਾ ਇਹ ਅੰਦਾਜ਼ਾ ਹੈ ਕਿ ਜੇ 2 ਦਰਜੇ ਤੱਕ ਤਾਪਮਾਨ ਵੱਧ ਗਿਆ ਸਾਡੇ ਵਾਯੂਮੰਡਲ ਦਾ ਮੱਧਮਾਨ ਤਾਪਮਾਨ ਤੋਂ ਤਾਂ ਧਰਤੀ ਦੇ ਉੱਤੇ ਜੀਵਨ ਨੂੰ ਬਸਰ ਕਰਨਾ ਸੰਭਵ ਨਹੀਂ ਹੋ ਸਕੇਗਾ ਸੋ ਇਸ ਵੇਲੇ ਅਸੀਂ ਇਹ ਖਤਰੇ ਦੀ ਘੰਟੀ ਹੈ ਕਿ ਅਸੀਂ 1 ਡਿਗਰੀ ਤੱਕ ਪਹੁੰਚ ਗਏ ਹਾਂ ਔਰ ਪੂਰੇ ਵਿਸ਼ਵ ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 1.5 ਤੱਕ ਅਸੀਂ ਰੋਕ ਲਈਏ ਉਸ ਤੋਂ ਉੱਤੇ ਨਾ ਜਾਣ ਦਈਏ ਇਹ 2020 ਜਿਹੜਾ ਹੈ ਸਾਡਾ ਮੌਜੂਦਾ ਸਨ ਹੈ ਇਹਦੇ 70% ਚਾਂਸ ਨੇ ਕਿ ਇਹ ਪਿਛਲੇ ਸਾਰੀ ਸਦੀ ਦੇ ਜਿਹੜੇ ਹੋਟੈਸਟ ਈਅਰ ਹੋਏਗਾ ਪਿਛਲੇ 20 ਸਾਲਾਂ 'ਚ ਜਿਹੜੇ ਹੋਟੈਸਟ ਈਅਰ ਰਹੇ ਨੇ ਸਿੰਸ 2001 ਇਹ ਸਾਰੇ ਪੁਰਾਣੇ ਸਮਿਆਂ ਦੇ ਵਿੱਚ ਜੋ ਤਾਪਮਾਨ ਧਰਤੀ ਦੇ ਵਾਯੂਮੰਡਲ ਦਾ ਸੀ ਉਹਨਾਂ ਨਾਲੋਂ ਸਾਰੇ ਇਹ ਗਰਮ ਵਰੇ ਰਹੇ ਨੇ ਜਿਹਦੇ ਕਰਕੇ ਜ਼ਿਆਦਾ ਖਤਰਾ ਅਸੀਂ ਮਹਿਸੂਸ ਕਰ ਰਹੇ ਹਾਂ ਔਰ ਇਹਨਾਂ ਪਿਛਲੇ 20 ਸਾਲਾਂ ਵਿੱਚੋਂ ਆਹ 5 ਸਾਲ ਮਤਲਬ ਲੇਟੈਸਟ ਹੀ ਨੇ ਜਿਹੜੇ ਲਾਸਟ ਵਾਲੇ 5 ਸਾਲ ਉਹ ਬਹੁਤ ਹੀ ਵਾਯੂਮੰਡਲ ਦੇ ਤਾਪਮਾਨ ਨੂੰ ਹੋਰ ਗਰਮ ਕਰਨ ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਹੁਣ ਜੇ ਅਸੀਂ ਦੇਖੀਏ ਕਿ ਇਹ ਤਾਪਮਾਨ ਅਸੀਂ ਕਿਸ ਤਰ੍ਹਾਂ ਮੈਸ਼ਰ ਕਰਦੇ ਹਾਂ ਕਿ ਇਸਦਾ ਇਫੈਕਟ ਕਿਤੇ ਨਜ਼ਰ ਵੀ ਆ ਰਿਹਾ ਹੈ ਤਾਂ ਉਹ ਦੇਖਣ ਦੇ ਲਈ ਅਸੀਂ ਜਦੋਂ ਅਲੱਗ ਅਲੱਗ ਦੇਸ਼ਾਂ ਦੇ ਵਿੱਚ 5 ਜਨਵਰੀ 2020 ਦੀ ਰਿਪੋਰਟ ਹੈ ਸਾਡੇ ਕੋਲ ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਦੀ ਉੱਥੇ ਪਹਿਲੀ ਵਾਰੀ ਜਿਹੜਾ ਟੈਂਪਰੇਚਰ ਹੈ ਆਲ ਟਾਈਮ ਹਾਈ ਟੈਂਪਰੇਚਰ ਗਿਆ 44 ਡਿਗਰੀ ਸੈਂਟੀਗ੍ਰੇਡ 4 ਜਨਵਰੀ ਨੂੰ ਨੋਟ ਕੀਤਾ ਗਿਆ ਔਰ ਗਾਨਾ ਦੇ ਵਿੱਚ 16 ਅਪ੍ਰੈਲ ਨੂੰ 44 ਡਿਗਰੀ ਇੱਥੇ ਇਹ ਟੈਂਪਰੇਚਰ ਇੰਨਾ ਕਦੀ ਹੁੰਦਾ ਨਹੀਂ ਸੀ ਪਹਿਲਾਂ ਪਰ ਵਾਤਾਵਰਨ ਤਬਦੀਲੀਆਂ ਕਰਕੇ ਹਰ ਉਹ ਜਗ੍ਹਾ ਤੇ ਜਿੱਥੇ ਪਹਿਲਾਂ ਟੈਂਪਰੇਚਰ ਆਮ ਕਰਕੇ ਘੱਟ ਹੁੰਦਾ ਸੀ ਉੱਥੇ ਵੀ ਬਹੁਤ ਹਾਈ ਟੈਂਪਰੇਚਰ ਨੋਟ ਕੀਤਾ ਜਾਣ ਲੱਗ ਪਿਆ ਹੈ ਇਹ ਸਾਡੇ ਸਮੁੰਦਰ ਦੇ ਐਂਗਲ ਤੋਂ ਲਈ ਉਹ ਧਰਤੀ ਦੀ ਤਸਵੀਰ ਹੈ ਇੱਥੇ ਇਹ ਦੱਸਣ ਦੀ ਲੋੜ ਹੈ ਕਿ ਜਿਹੜਾ ਜ਼ਿਆਦਾ ਤਾਪਮਾਨ ਬਹੁਤ ਵੱਧ ਗਿਆ ਜਦੋਂ ਵਾਯੂਮੰਡਲ ਦਾ ਤਾਂ ਇਹ ਸਮੁੰਦਰ ਦਾ ਪਾਣੀ ਜਿਹੜਾ ਹੈ ਉਹਨੂੰ ਸੋਖਣ 'ਚ ਸਾਡੀ ਮਦਦ ਕਰਦਾ ਹੈ ਜਿੰਨੀ ਵਾਧੂ ਹੀਟ ਸੂਰਜ ਦੀ ਧਰਤੀ 'ਤੇ ਪੈ ਰਹੀ ਹੈ ਗਲੋਬਲ ਵਾਰਮਿੰਗ ਗੈਸਿਸ ਕਰਕੇ ਉਹਦਾ 93% ਹਿੱਸਾ ਜਿਹੜਾ ਹੈ ਉਹ ਸਮੁੰਦਰ ਜਿਹੜੇ ਆ ਆਪਣੇ ਵਿੱਚ ਸੋਖ ਲੈਂਦੇ ਨੇ ਪਰ ਇਹਦੀ ਵੀ ਇੱਕ ਸਮੱਸਿਆ ਹੈ ਕਿ ਜੇ ਸਮੁੰਦਰ ਦਾ ਪਾਣੀ ਜਿਹੜਾ ਗਰਮ ਹੋ ਗਿਆ ਤਾਂ ਉਸਦੇ ਨਾਲ ਕੀ ਇਹ ਸਮੱਸਿਆ ਪੈਦਾ ਹੁੰਦੀ ਉਹ ਅਸੀਂ ਅੱਗੇ ਦੇਖਾਂਗੇ ਉਸ ਤੋਂ ਪਹਿਲਾਂ ਇਹ ਦੇਖੋ ਕਿ ਜਿਹੜਾ ਹੀਟ ਕੰਟੈਂਟ ਹੈ ਸਮੁੰਦਰ ਦੇ ਪਾਣੀ ਦੇ ਵਿੱਚ
ਜਿਹੜੀ ਹੀਟ ਹੈ ਵਾਯੂਮੰਡਲ ਦੀ ਉਹਦੇ ਸੁੱਕਣ ਦੇ ਨਾਲ ਤੁਸੀਂ ਦੇਖੋਗੇ ਕਿ 1990 ਤੋਂ ਬਾਅਦ ਜਾਂ 2000 ਦੇ ਦਹਾਕੇ ਤੋਂ ਬਾਅਦ ਬੜੀ ਤੇਜ਼ੀ ਦੇ ਨਾਲ ਸਮੁੰਦਰਾਂ ਦਾ ਪਾਣੀ ਵੀ ਗਰਮ ਹੁੰਦਾ ਜਾ ਰਿਹਾ, ਉਹਦੇ ਵਿੱਚ ਹੀਟ ਦੀ ਮਾਤਰਾ ਬਹੁਤ ਵੱਧ ਗਈ ਹੈ ਅਤੇ 2019 ਦੇ ਵਿੱਚ ਹਾਈਐਸਟ ਸੀ ਔਰ 2020 ਦਾ ਤਾਂ ਹਾਲੇ ਸਾਡੇ ਕੋਲ ਡਾਟਾ ਆਉਣਾ ਹੈ। ਇਹ ਪੁਰਾਣੇ ਸਮਿਆਂ ਦੀਆਂ ਹੈ ਕਿ 1940 ਤੋਂ ਲੈ ਕੇ 2020 ਤੱਕ ਵਿਗਿਆਨੀਆਂ ਨੇ ਨੋਟ ਕੀਤਾ ਕਿ 2000 ਤੋਂ ਆਨਵਰਡ ਬਹੁਤ ਤੇਜ਼ੀ ਦੇ ਨਾਲ ਜਿਹੜਾ ਹੀਟ ਦੀ ਮਾਤਰਾ ਸਮੁੰਦਰਾਂ ਦੇ ਪਾਣੀ 'ਚ ਵਧੀ ਹੈ। ਇਹ 2020 ਦਾ ਜਿਹੜਾ ਹੈਗਾ ਸਾਡੇ ਪਾਸ, ਇਹ ਇਟ ਇਜ਼ ਗੋਇੰਗ ਟੂ ਸੈਟ ਏ ਨਿਊ ਰੈਕਰਡ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਸਮੁੰਦਰ ਦਾ ਪਾਣੀ ਗਰਮ ਹੋ ਗਿਆ ਤਾਂ ਕੀ ਹੁੰਦਾ ਹੈ, ਉਸਦੇ ਨਾਲ ਇਹ ਪ੍ਰੋਸੈਸ ਹੈ ਸਾਡਾ ਹਾਈਡਰੋਲੋਜੀਕਲ ਸਾਈਕਲ ਜਿਹਨੂੰ ਕਹਿੰਦੇ ਆ ਕਿ ਇਵੈਪੋਰੇਸ਼ਨ ਹੋਣੀ, ਪਾਣੀ ਦਾ ਵਾਸ਼ਪ ਬਣਨੇ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋ ਜਾਂਦੇ ਨੇ ਔਰ ਜਦੋਂ ਇਹ ਪਾਣੀ ਦੇ ਵਾਸ਼ਪ ਉਹਨਾਂ ਦੀ ਪ੍ਰੈਸੀਪਟੇਸ਼ਨ ਜਦੋਂ ਉਹ ਬੱਦਲ ਬਣਦੇ ਨੇ ਔਰ ਬੱਦਲ ਜਾ ਕੇ ਮੀਂਹ ਕਰਦੇ ਨੇ ਤੇ ਇੰਨਾ ਜ਼ਿਆਦਾ ਮੀਂਹ ਪੈਂਦਾ ਹੈ ਕਿ ਹੜ੍ਹਾਂ ਦੇ ਹੜ੍ਹ ਆ ਜਾਂਦੇ ਨੇ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ। ਇਹ ਨੋਟ ਕੀਤਾ ਗਿਆ ਹੈ ਪਿਛਲੇ ਦਿਨੀ ਤੁਸੀਂ ਕੈਲਗਰੀ ਦੇ ਵਿੱਚ ਵੀ ਦੇਖਿਆ ਸੀ ਕਿ ਬਹੁਤ ਹੜ੍ਹ ਆਏ ਸੀ, ਇਸੇ ਤਰ੍ਹਾਂ USA ਦੇ ਵਿੱਚ ਵੀ ਬਹੁਤ ਹੜ੍ਹ ਆਏ ਔਰ ਉਹ ਹੜ੍ਹਾਂ ਤੋਂ ਬਾਅਦ ਜੋ ਤਬਾਹੀ ਹੁੰਦੀ ਹੈ ਔਰ ਬੇਸ਼ਕ ਇਹ ਪਾਣੀ ਮੁੜ ਕੇ ਦੁਬਾਰਾ ਸਮੁੰਦਰਾਂ 'ਚ ਚਲਾ ਜਾਂਦਾ, ਪਰ ਇਹ ਜਦੋਂ ਜਾਂਦਾ ਹੈ ਹੜ੍ਹ ਦਾ ਪਾਣੀ ਤਾਂ ਰਸਤੇ ਵਿੱਚ ਜਿਹੜੇ ਵੀ ਨਗਰ ਸ਼ਹਿਰ ਪਿੰਡ ਆਉਂਦੇ ਨੇ ਉਹਨਾਂ ਦੀ ਤਬਾਹੀ ਕਰਦਾ ਜਾਂਦਾ ਹੈ। ਹੁਣ ਤੁਸੀਂ ਦੇਖੋ ਕਿ ਆਹ ਫਿਲੀਪੀਨਸ ਦੀ ਖਬਰ ਹੈ 14 May 2020 ਦੀ, ਉੱਥੇ ਹੜ੍ਹ ਆਉਣ ਦੇ ਕਰਕੇ 578,000 ਲੋਕਾਂ ਨੂੰ 578,000 ਪੀਪਲ ਉਹ ਅਫੈਕਟ ਹੋਏ ਨੇ ਜਿਹੜੇ ਤੂਫਾਨ ਆਇਆ ਬੰਗਲਾਦੇਸ਼ ਦੇ ਵਿੱਚ। ਸੁੰਦਰਬਨ ਡੈਲਟਾ ਬਹੁਤ ਮਸ਼ਹੂਰ ਸੀ, ਉੱਥੇ 21 May ਇਸੇ ਸਾਲ 21 May ਨੂੰ ਇੰਨਾ ਹੜ੍ਹ ਆਇਆ ਕਿ ਲਗਭਗ ਉਹ ਤਬਾਹ ਹੋ ਗਿਆ, ਫਸਲਾਂ ਤਬਾਹ ਹੋ ਗਈਆਂ, ਦਰਖਤ ਖਤਮ ਹੋ ਗਏ ਅਤੇ ਉੱਥੋਂ ਦੀ ਇਹ ਰਿਪੋਰਟ ਹੈ। ਇਸੇ ਤਰ੍ਹਾਂ ਬਿਹਾਰ ਦੇ ਵਿੱਚ ਜੁਲਾਈ ਦੇ ਵਿੱਚ ਇਸੇ ਸਾਲ ਜੁਲਾਈ ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਰੇਨਫਾਲ ਪਹਿਲੇ ਸਾਲਾਂ ਨਾਲੋਂ 50% ਵੱਧ ਹੋਈ ਹੈ, ਡੇਢ ਗੁਣਾ ਬਰਸਾਤ ਹੋਈ ਹੈ, 742 ਲੋਕ ਉਹਦੇ ਵਿੱਚ ਮਾਰੇ ਗਏ। ਇਸੇ ਤਰ੍ਹਾਂ USA ਦੇ ਵਿੱਚ 15 February ਨੂੰ 2020 ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਹੋਈ ਜਿਹਦੇ ਨਾਲ ਹੜ੍ਹ ਆਏ ਨੇ, ਟੈਨਸੀ ਐਂਡ ਮਿਸੀਸੀਪੀ ਦੇ ਵਿੱਚ ਫਰਵਰੀ ਦੀ ਗੱਲ ਹੈ। ਚਾਈਨਾ ਦੇ ਵਿੱਚ ਵੀ 8 June ਇਸੇ ਸਾਲ 700,000 ਪੀਪਲ ਆਰ ਅਫੈਕਟਡ ਬਾਏ ਦਾ ਫਲੱਡਸ ਇਨ ਚਾਈਨੀਜ਼ ਪ੍ਰੋਵਿੰਸ। ਸੋ ਇਸ ਤਰ੍ਹਾਂ ਕੀਨੀਆ ਦੇ ਵਿੱਚ 29 April 100,000 ਫੈਮਿਲੀਜ਼ ਆਰ ਅਫੈਕਟਡ, ਇਹਨਾਂ ਲੋਕਾਂ ਨੂੰ ਘਰ ਬਾਰ ਉਹਨਾਂ ਦੇ ਬਰਬਾਦ ਹੋ ਗਏ, ਇੰਨੇ ਲੋਕਾਂ ਨੂੰ ਘਰ ਛੱਡ ਕੇ ਉਸ ਏਰੀਏ 'ਚੋਂ ਬਾਹਰ ਜਾਣਾ ਪਿਆ। ਸੋ ਇਹ ਜਿਹੜਾ ਵਾਯੂਮੰਡਲ ਦਾ ਜਿਹੜਾ ਤਾਪਮਾਨ ਵਧਣ ਦੇ ਨਾਲ, ਵੈਪੋਰੇਸ਼ਨ ਵਧਣ ਦੇ ਨਾਲ, ਵਾਸ਼ਪੀਕਰਨ ਸਮੁੰਦਰਾਂ ਦੇ ਪਾਣੀ ਨਾਲ ਹੜ੍ਹ ਆਉਂਦੇ ਨੇ, ਉਹਦੇ ਨਾਲ ਸੰਬੰਧਿਤ ਲੋਕਾਂ ਦੀ ਤਬਾਹੀ ਹੁੰਦੀ ਹੈ। ਪਰ ਇਹਦਾ ਇੱਕ ਹੋਰ ਵੀ ਹੈ ਕਿ ਜਦੋਂ ਵਾਯੂਮੰਡਲ ਦਾ ਤਾਪਮਾਨ ਵੱਧਦਾ ਹੈ ਤਾਂ ਉਹ ਧਰਤੀ ਜਿਹਦੇ ਉੱਤੇ ਮੀਂਹ ਨਹੀਂ ਪੈਂਦਾ ਜਾਂ ਜਿਹੜੇ ਰੇਗਿਸਤਾਨ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਦੀ ਹੈ ਉਹ ਬੜੀ ਤੇਜ਼ੀ ਦੇ ਨਾਲ ਉੱਪਰ ਨੂੰ ਉੱਠਦਾ ਹੈ, ਜਿਹਦੀ ਵਜ੍ਹਾ ਕਰਕੇ ਵਾਸ਼ਪੀਕਰਨ ਹੁੰਦਾ ਹੈ ਅਤੇ ਉੱਥੇ ਔੜ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ ਜਿਹਦੇ ਨਾਲ ਗਰਾਊਂਡ ਵਾਟਰ ਬਹੁਤ ਨੀਚੇ ਚਲਾ ਜਾਂਦਾ ਹੈ। ਆਹ 22 June 2020 ਦੀ ਗੱਲ ਹੈ ਕਿ ਪੂਰੇ ਯੂਰਪ ਦੇ ਵਿੱਚ ਜਿਹੜਾ ਆਹ ਰੈੱਡ ਜ਼ੋਨ ਦਿਖਾਇਆ ਗਿਆ ਹੈ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਆ ਬਹੁਤ ਨੀਚੇ ਚਲਾ ਗਿਆ। ਇਸੇ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਵੀ ਗਰਾਊਂਡ ਵਾਟਰ ਬਹੁਤ ਨੀਚੇ ਚਲਾ ਗਿਆ ਹੈ ਕਿਉਂਕਿ ਵਾਸ਼ਪੀਕਰਨ ਨਾਲ ਉੱਪਰਲੀਆਂ ਤਹਿਾਂ 'ਚੋਂ ਧਰਤੀ ਦੀਆਂ 'ਚੋਂ ਪਾਣੀ ਹਵਾ ਵਿੱਚ ਉੱਡ ਜਾਂਦਾ ਹੈ ਗਰਮ ਵਾਤਾਵਰਨ ਕਰਕੇ। ਇਸੇ ਤਰ੍ਹਾਂ ਪੋਲੈਂਡ ਦੇ 3 June ਦੀ ਗੱਲ ਹੈ, ਪੋਲੈਂਡ ਐਂਡ ਰੋਮਾਨੀਆ ਇਹਨਾਂ ਦੋਨਾਂ ਜਗ੍ਹਾ ਦੇ ਵਿੱਚ ਔਰ ਚੈੱਕ ਰਿਪਬਲਿਕ ਦੇ ਵਿੱਚ ਤਾਂ ਇਹੋ ਜਿਹੀ ਹਾਲਤ ਹੋ ਗਈ ਕਿ ਪਿਛਲੇ 500 ਸਾਲ 'ਚ ਇਹੋ ਜਿਹੇ ਨਹੀਂ ਹੋਏ ਕਿ ਔੜ ਪੈ ਗਈ ਹੈ। ਬਹੁਤ ਸਾਰੇ ਖੇਤਰਾਂ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਦੇਖੋਗੇ ਜੇ ਸਾਡੇ ਵਾਯੂਮੰਡਲ ਦਾ ਤਾਪਮਾਨ ਵੱਧਦਾ ਰਿਹਾ ਕਈ ਜਗ੍ਹਾ ਔੜ ਹੋਏਗੀ ਅਤੇ ਕਈ ਜਗ੍ਹਾ ਇੰਨਾ ਜ਼ਿਆਦਾ ਫਲੱਡ ਆਏਗਾ ਕਿ ਲੋਕਾਂ ਦਾ ਜੀਣਾ ਦੁੱਬਰ ਹੋ ਜਾਏਗਾ। ਇਹ ਇੰਡੀਆ ਦੀ ਹੈ, ਚੇਨਈ ਦੀ ਖਬਰ ਹੈ 21 May 2019 ਦੀ। ਇਹ ਇੰਡੀਆ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਹੈਗਾ, ਇਹਦੇ 'ਚੋਂ ਲਗਭਗ ਪਾਣੀ ਖਤਮ ਹੋ ਗਿਆ, ਪੂਰੇ ਰੈਜ਼ਰਵਾਇਰ ਡਰਾਈ ਹੋ ਗਏ, ਇਹ ਰਿਪੋਰਟ ਹੈ। ਅਤੇ ਇਹ ਦੇਖੋ ਕਿ ਜਦੋਂ ਵਾਯੂਮੰਡਲ ਦਾ ਤਾਪਮਾਨ ਵੱਧਦਾ ਹੈ ਤਾਂ ਕੀ ਹੁੰਦਾ ਹੈ,
ਦੋ ਤਰ੍ਹਾਂ ਦਾ ਗ੍ਰਾਫ ਹੈ। ਪਿਛਲਾ ਗ੍ਰਾਫ ਤਾਪਮਾਨ ਵਾਧੇ ਨੂੰ ਦੱਸ ਰਿਹਾ ਪਿਛਲੇ 1980 ਤੋਂ ਲੈ ਕੇ 2018 ਦੇ ਲਗਭਗ, ਜਦੋਂ ਜਦੋਂ ਤਾਪਮਾਨ ਵਾਧਾ ਹੋਇਆ ਵਾਯੂਮੰਡਲ ਦਾ, ਉਦੋਂ ਉਦੋਂ ਜੰਗਲਾਂ ਦੇ ਵਿੱਚ ਵੱਧ ਅੱਗ ਲੱਗੀ, ਉਨੇ ਇੰਸੀਡੈਂਟ ਜ਼ਿਆਦਾ ਹੋਏ ਨੇ। ਸੋ ਵੈਸਟਰਨ US ਲਾਰਜ ਫਾਇਰ ਮਈ ਸਤੰਬਰ ਦੇ ਟੈਂਪਰੇਚਰ ਦੇ ਦੌਰਾਨ USA ਦੇ ਵਿੱਚ ਬਹੁਤ ਫਾਇਰ ਦੇ ਕੇਸਿਸ ਆਏ, ਆਪਣੇ ਵੀ ਇੱਥੇ ਕੇਸਿਸ ਆਏ ਨੇ। ਔਰ ਇਹ ਤਾਂ ਅਸੀਂ ਦੇਖੋ ਕਿ ਕੈਲੀਫੋਰਨੀਆ ਦੇ ਵਿੱਚ USA ਦੇ ਵਿੱਚ ਅਗਸਤ 19, 2020 ਦੇ ਵਿੱਚ 360 ਵਾਈਲਡ ਫਾਇਰ ਬਰਨਿੰਗ ਅਕਰੋਸ ਕੈਲੀਫੋਰਨੀਆ, 360 ਜਗ੍ਹਾ ਤੇ ਜੰਗਲਾਂ ਦੇ ਵਿੱਚ ਅੱਗ ਲੱਗੀ ਹੋਈ ਸੀ ਕੈਲੀਫੋਰਨੀਆ ਦੇ ਵਿੱਚ। ਇਹ ਅਗਸਤ ਦੀ ਗੱਲ ਹੈ ਇਸੇ ਸਾਲ ਦੀ। ਆਸਟ੍ਰੇਲੀਆ ਦੇ ਵਿੱਚ ਤੁਸੀਂ ਦਸੰਬਰ 2019 ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਜੰਗਲ ਨੂੰ ਅੱਗ ਲੱਗੀ, ਜਿਹਦੇ ਵਿੱਚ ਬਹੁਤ ਸਾਰੇ ਜਾਨਵਰ, ਬਹੁਤ ਜੀਵ ਜੰਤੂ ਮਾਰੇ ਗਏ। ਔਰ ਈਵਨ ਕੈਨੇਡਾ ਨੇ ਵੀ ਆਪਣੇ ਫਾਇਰ ਫਾਈਟਰ ਭੇਜੇ ਸੀ ਉੱਥੇ ਅੱਗ ਬੁਝਾਉਣ ਦੇ ਲਈ। ਇਸੇ ਤਰ੍ਹਾਂ ਸਾਊਥ ਅਮੈਰੀਕਾ ਦੇ ਵਿੱਚ ਜਿੱਥੇ ਜਿੱਥੇ ਜਗਮਗ ਦਿਖਾਈ ਦੇ ਰਹੀ ਹੈ, ਉਹ ਸਾਰੀ ਜਗ੍ਹਾ ਵਾਈਲਡ ਫਾਇਰ, ਜੰਗਲਾਂ ਨੂੰ ਅੱਗ ਲੱਗੀ ਹੋਈ ਹੈ। ਇਹ ਅਜਿਹੇ ਹਾਲਾਤ ਸਾਡੇ ਇਹ ਵਾਯੂਮੰਡਲ ਦੇ ਵੱਧ ਤਾਪਮਾਨ ਕਰਕੇ ਵਾਪਰੇ। ਜੰਗਲਾਂ ਦੇ ਵਿੱਚ ਸੁੱਕੇ ਪੱਤੇ ਹੁੰਦੇ ਨੇ, ਹੋਰ ਚੀਜ਼ਾਂ ਹੁੰਦੀਆਂ ਨੇ, ਜਦੋਂ ਤਾਪਮਾਨ ਵਾਯੂਮੰਡਲ ਦਾ ਜ਼ਿਆਦਾ ਹੁੰਦਾ, ਥੋੜ੍ਹੀ ਜਿਹੀ ਹਲਕੀ ਜਿਹੀ ਚਿੰਗਾਰੀ ਵੀ ਉਹਨੂੰ ਬਹੁਤ ਵੱਡੀ ਅੱਗ 'ਚ ਬਦਲ ਦਿੰਦੀ ਹੈ ਜੰਗਲਾਂ ਨੂੰ। ਇਸੇ ਤਰ੍ਹਾਂ ਪੂਰਾ ਯੂਰਪ ਅਫੈਕਟ ਹੋ ਰਿਹਾ ਹੈ, ਕਲਾਈਮੇਟ ਚੇਂਜ ਇਜ਼ ਟੇਕਿੰਗ ਇਟਸ ਟੋਲ ਔਨ ਸਾਊਦਰਨ ਯੂਰਪ। ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਯੂਰਪ ਦੇ ਵਿੱਚ, ਗ੍ਰੀਕ ਪ੍ਰਾਈਮ ਮਿਨਿਸਟਰ ਦੀ ਨੇ ਰਿਪੋਰਟ ਕੀਤਾ ਹੈ। ਗੱਲ ਤੇ ਸਿਰਫ ਇਹ ਜੰਗਲਾਂ ਦੀ ਅੱਗ ਦੀ ਹੀ ਨਹੀਂ ਸੀ, ਜਦੋਂ ਵਾਤਾਵਰਨ ਜਾਂ ਵਾਯੂਮੰਡਲ ਦਾ ਤਾਪਮਾਨ ਵੱਧਦਾ ਹੈ ਤਾਂ ਇੱਕ ਹੋਰ ਵੱਡੀ ਸਮੱਸਿਆ ਕੀ ਆ ਰਹੀ ਹੈ ਕਿ ਸਾਡੇ ਜਿਹੜੇ ਗਲੇਸ਼ੀਅਰ ਹੈ, ਚਾਹੇ ਉਹ ਆਰਕਟਿਕ 'ਚ ਨੇ ਅਤੇ ਚਾਹੇ ਐਂਟਾਰਕਟਿਕ 'ਚ ਨੇ, ਬੜੀ ਤੇਜ਼ੀ ਦੇ ਨਾਲ ਪਿਘਲਣ ਲੱਗ ਪਏ ਨੇ। ਆਹ ਦੇਖੋ ਗ੍ਰੀਨਲੈਂਡ ਦੀ ਆਈਸ ਸ਼ੀਟ ਜਿਹੜੀ ਸੀ, ਪਹਿਲੇ ਸਮਿਆਂ ਦੇ ਨਾਲੋਂ 4 ਗੁਣਾ ਤੇਜ਼ੀ ਦੇ ਨਾਲ ਇਹ ਮੈਲਟ ਕਰਨੀ ਸ਼ੁਰੂ ਹੋ ਗਈ ਹੈ, ਜਿਹਦੇ ਨਾਲ ਸਮੱਸਿਆ ਕੀ ਆ ਰਹੀ ਕਿ ਸਮੁੰਦਰਾਂ ਵਿੱਚ ਪਾਣੀ ਦੀ ਬਹੁਤਾਤ ਵੱਧ ਰਹੀ ਹੈ। ਔਰ ਐਂਟਾਰਕਟਿਕ ਜਿਹੜਾ ਦੂਸਰਾ ਸਾਡੇ ਪੋਲ ਦੇ ਉੱਤੇ ਹੈ, ਆਈਸ ਸ਼ੀਟ ਆ, ਉਹ ਵੀ ਤੁਸੀਂ ਦੇਖੋ ਇਸ ਗ੍ਰਾਫ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਤੇਜ਼ੀ ਦੇ ਨਾਲ 1979 ਤੋਂ ਲੈ ਕੇ 99 ਤੱਕ ਬਹੁਤ ਘੱਟ ਸੀਗੀ ਇਹਦੀ ਆਈਸ ਲੋਸ ਦੀ ਗੱਲ, ਪਰ ਪਿਛਲੇ ਦਹਾਕੇ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਇਹ ਜਿਹੜੀ ਹੈ ਉੱਥੇ ਆਈਸ ਖਤਮ ਹੋ ਕੇ ਪਾਣੀ 'ਚ ਬਦਲ ਰਹੀ ਹੈ। ਜਦੋਂ ਪਾਣੀ 'ਚ ਬਦਲ ਰਹੀ ਹੈ ਤਾਂ ਸਮੁੰਦਰਾਂ 'ਚੋਂ ਪਾਣੀ ਜਾ ਰਿਹਾ, ਸਮੁੰਦਰਾਂ ਦਾ ਲੈਵਲ ਉੱਪਰ ਉੱਠਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਸਾਡੇ ਪਾਸ ਕੀ ਹੋ ਰਿਹਾ ਹੈ ਕਿ ਇਹ ਜਿਹੜੇ ਦੁਨੀਆਂ ਦੇ 10 ਵੱਡੇ ਸ਼ਹਿਰ ਹੈ ਜਿੱਥੇ ਮਿਲੀਅਨਸ ਆਫ ਪੀਪਲ ਰਹਿ ਰਹੇ ਨੇ, 2070 ਤੱਕ ਇਹ ਸਾਰੇ ਖਤਮ ਹੋ ਜਾਣਗੇ। ਉੱਥੋਂ ਦੀ ਪਾਪੂਲੇਸ਼ਨ ਐਟ ਰਿਸਕ ਹੈ, ਇੰਡੀਆ ਦਾ ਕੋਲਕਾਤਾ, ਮੁੰਬਈ, ਬੰਗਲਾਦੇਸ਼ ਦਾ ਡਾਕਾ, ਇਹ ਗੁਆਂਗਝੂ, ਇਹ ਚਾਈਨਾ ਦਾ ਸਿਟੀ ਹੈ, ਹੋਚੀਮਿਨ ਸਿਟੀ ਹੈ, ਸ਼ੰਘਾਈ, ਬੈਂਕੋਕ, ਰੰਗੂਨ, ਮਿਆਮੀ, ਹੈਂਗਕੌਂਗ, ਇਹ ਸਾਰੇ ਸ਼ਹਿਰ ਸਮੁੰਦਰ ਦੇ ਕਿਨਾਰੇ ਬਣੇ ਨੇ ਅਤੇ ਉਹਨਾਂ ਨੂੰ ਬਹੁਤ ਵੱਡਾ ਖਤਰਾ ਹੈ ਕਿ ਉੱਥੋਂ ਦੀ ਜਿਹੜੀ ਪਾਪੂਲੇਸ਼ਨ ਹੈ ਇਹਦੇ ਨਾਲ ਇਫੈਕਟ ਹੋਏਗੀ। ਸੋ ਕਲਾਈਮੇਟ ਚੇਂਜ ਇਜ਼ ਅ ਮੈਡੀਕਲ ਐਮਰਜੈਂਸੀ। ਸੋ ਕਲਾਈਮੇਟ ਚੇਂਜ ਸਿਰਫ ਸਾਡੀ ਪ੍ਰੋਪਰਟੀ ਨੂੰ ਤਬਾਹ ਨਹੀਂ ਕਰਦੀ, ਸਾਡੇ ਲੋਕਾਂ ਦੇ ਕਾਰੋਬਾਰ ਨਹੀਂ ਤਬਾਹ ਕਰਦੀ, ਇਹ ਬਿਮਾਰੀ ਦਾ ਵੀ ਬਹੁਤ ਵੱਡਾ ਜਿਹੜਾ ਖਤਰਾ ਪੈਦਾ ਕਰਦੀ ਹੈ। ਸੋ ਇਹ ਲੈਂਸੈਟ ਕਮਿਸ਼ਨ ਦੀ ਰਿਪੋਰਟ ਹੈਗੀ ਹੈ ਕਿ ਇਹਨੇ ਸਭ ਤੋਂ ਕਿਸ ਤਰ੍ਹਾਂ ਸਾਡੇ ਲਈ ਮੈਡੀਕਲ ਐਮਰਜੈਂਸੀ ਹੈ। ਹੁਣ ਦੇਖੋ ਕਿ ਜਦੋਂ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਤਾਂ ਉਹਨਾਂ ਏਰੀਆ ਦੇ ਵਿੱਚ ਵੀ ਜਾ ਰਹੇ ਹਾਂ ਜਿਹੜੇ ਜੰਗਲ, ਜਿਹੜੇ ਬੀਆ ਬਾਂਸ ਸੀ, ਉੱਥੇ ਵੀ ਡਿਵੈਲਪਮੈਂਟ ਹੋ ਰਹੀ ਹੈ ਅਤੇ ਉਹਦੇ ਨਾਲ ਹੋ ਕੀ ਰਿਹਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਿਹੜੇ ਜੀਵ ਜੰਤੂ ਰਹਿੰਦੇ ਸੀ ਉਹਨਾਂ 'ਚ ਬੈਕਟੀਰੀਆ ਅਤੇ ਵਾਇਰਸ ਸੀਗੇ, ਅਤੇ ਉਹ ਬੈਕਟੀਰੀਆ ਐਂਡ ਵਾਇਰਸ ਥਰੂ ਦਾ ਐਨੀਮਲਸ ਇਹ ਸਾਡੇ ਤੱਕ ਪਹੁੰਚ ਰਹੇ ਨੇ। ਸੋ ਜਦੋਂ ਵੀ ਇਹ ਮਨੁੱਖ ਨੇ ਜੰਗਲਾਂ ਨੂੰ ਖਤਮ ਕਰਕੇ ਉੱਥੇ ਨਵੇਂ ਬਸੇਰੇ ਬਣਾਏ ਨੇ ਤਾਂ ਜੰਗਲਾਂ 'ਚ ਵਸੇ ਬੈਕਟੀਰੀਆ ਅਤੇ ਜੀਵ ਜੰਤੂ ਮਨੁੱਖੀ ਖਾਦ ਪਦਾਰਥਾਂ ਦੇ ਰਾਹੀਂ ਮਨੁੱਖੀ ਜੀਵਨ 'ਚ ਪਹੁੰਚ ਗਏ ਨੇ, ਐਨੀ ਇਹ ਨਵੀਆਂ ਸਾਡੇ ਬਿਮਾਰੀਆਂ ਪੈਦਾ ਕਰਦੀਆਂ ਨੇ, ਜਿੱਦਾਂ ਅੱਜ ਅਸੀਂ ਕੋਵਿਡ ਤੋਂ ਸਫ਼ਰ ਕਰ ਰਹੇ ਹਾਂ। ਔਰ ਕਿੱਥੋਂ ਪੈਦਾ ਹੋਇਆ ਕਿ ਉਹ ਕਹਿੰਦੇ ਨੇ ਕਿ ਬੈਟਸ ਦੇ ਵਿੱਚ ਪਹਿਲਾਂ ਉਹ ਦੇਖਿਆ ਗਿਆ ਉਹ ਵਾਇਰਸ, ਅਤੇ ਬਾਅਦ 'ਚ ਉਹ ਫਰੂਟ ਚੇਨ 'ਚ ਆਇਆ ਹੈ।
ਕਿ ਉਹ ਫੂਡ ਚੇਨ ਤੋਂ ਅੱਗੇ ਹਿਊਮਨ ਬੀਇੰਗ ਦੇ ਵਿੱਚ ਫੈਲਦਾ ਫੈਲਦਾ ਅੱਜ ਪੂਰੀ ਦੁਨੀਆ ਕੋਵਿਡ 19 ਪੈਂਡਮਿਕ ਦੇ ਤੋਂ ਸਫ਼ਰ ਕਰ ਰਹੀ ਹੈ। ਸੋ ਇਹ ਇਹ ਵੀ ਜਿਹੜਾ ਵਾਤਾਵਰਣੀ ਤਬਦੀਲੀਆਂ ਦੇ ਨੂੰ ਪੈਦਾ ਕਰਦਾ ਹੈ, ਜਿਹੜੀ ਸਾਡੀ ਅਰਬਨਾਈਜੇਸ਼ਨ ਹੈ, ਜਦੋਂ ਅਸੀਂ ਉਹਨਾਂ ਖੇਤਰਾਂ 'ਚ ਫੈਲ ਰਹੇ ਹਾਂ ਜਿਹਨਾਂ ਖੇਤਰਾਂ 'ਚ ਪਹਿਲਾਂ ਜੰਗਲੀ ਜੀਵਨ ਸੀ। ਹੁਣ ਤੁਸੀਂ ਦੇਖੋ ਕਿ ਇਸ ਦੇ ਨਾਲ ਏਅਰ ਪੋਲਿਊਸ਼ਨ, ਅਸੀਂ ਇੰਨਾ ਕੁਛ ਆਪਣੇ ਵਾਯੂਮੰਡਲ 'ਚ ਸਿੱਟ ਰਹੇ ਹਾਂ, ਆਪਣੀਆਂ ਗੈਸਾਂ ਅਸੀਂ ਕਿਹਾ ਇੰਡਸਟਰੀ ਤੋਂ ਪੈਦਾ ਹੋ ਰਹੀਆਂ, ਟਰਾਂਸਪੋਰਟੇਸ਼ਨ ਤੋਂ ਪੈਦਾ ਹੋ ਰਹੀ ਹੈ, ਵਾਈਲਡ ਫਾਇਰ ਤੋਂ ਪੈਦਾ ਹੋ ਰਹੀ ਹੈ, ਉਹਦੇ ਨਾਲ ਜੋ ਪੋਲਿਊਸ਼ਨ ਪੈਦਾ ਹੋ ਰਹੀ ਹੈ। ਅਤੇ ਇਹ ਜਿਹੜਾ ਰੈੱਡ ਜ਼ੋਨ ਦਿਖਾਈ ਦਿੱਤਾ ਹੈ, ਉੱਥੇ 150,000 ਪੀਪਲ ਆਰ ਡਾਇੰਗ ਬਿਕੋਜ਼ ਆਫ ਏਅਰ ਪੋਲਿਊਸ਼ਨ ਐਵਰੀ ਈਅਰ। ਹਰ ਸਾਲ 150,000 ਲੋਕ ਸਿਰਫ ਹਵਾ ਤੋਂ ਪੈਦਾ ਹੋਈਆਂ ਬਿਮਾਰੀਆਂ ਨਾਲ ਹੀ, ਹਵਾਈ ਪੋਲਿਊਸ਼ਨ ਜਿਹੜੀ ਹਵਾ ਪ੍ਰਦੂਸ਼ਣ ਕਾਰਨ ਪੈਦਾ ਹੋਈਆਂ ਬਿਮਾਰੀਆਂ ਤੋਂ ਮਰ ਰਹੇ ਨੇ। ਆਪਣਾ ਇੱਧਰ ਤੁਸੀਂ ਦੇਖੋ ਕਿ ਇਹ ਕੈਨੇਡੀਅਨ ਪਾਰਟ ਦੇ ਵਿੱਚ ਇਹ ਮੌਤ ਦਰ ਜਿਹੜੀ ਬਹੁਤ ਘੱਟ ਹੈ, ਕਿਉਂਕਿ ਇੱਥੇ ਵਾਤਾਵਰਨ ਸਾਫ਼ ਸੁਥਰਾ ਸਾਨੂੰ ਮਿਲਦਾ ਹੈ। ਪਰ ਇੰਡੀਆ ਦੇ ਵਿੱਚ ਇਹਦੇ ਕੰਪੈਰੀਜ਼ਨ 'ਚ ਦੇਖੋ, ਚਾਈਨਾ 'ਚ, ਸਾਈਬੇਰੀਆ 'ਚ ਔਰ ਰਸ਼ੀਆ ਦੇ ਵਿੱਚ ਇਹ ਹਾਲਾਤ ਬਹੁਤ ਖਰਾਬ ਨੇ। ਇੱਥੇ ਐਗਜ਼ਾਮਪਲ ਦੇਖਦੇ ਹਾਂ ਕਿ ਚਾਈਨਾ ਦੇ ਵਿੱਚ 15 April 2020 ਦੀ ਰਿਪੋਰਟ ਹੈ, ਸ਼ੈਂਗਨ ਇਹ ਜਿਹੜਾ ਜ਼ਿਲਿਨ ਪ੍ਰੋਵਿੰਸ ਦੇ ਵਿੱਚ ਹੈ, ਉੱਥੇ 324 ਸਿਟੀਜ਼ ਦੀ ਉਹਨਾਂ ਨੇ ਸਟੱਡੀ ਕੀਤੀ ਹੈ ਅਤੇ ਦੇਖਿਆ ਕਿ ਕੋਵਿਡ-19 ਕਰਕੇ ਏਅਰ ਪੋਲਿਊਸ਼ਨ ਕਰਕੇ 15-22% ਲੋਕ ਜਿਹੜੇ ਜ਼ਿਆਦਾ ਕੋਵਿਡ-19 ਤੋਂ ਪ੍ਰਭਾਵਿਤ ਹੋਏ ਨੇ। ਉੱਥੇ ਇਹ ਜਿਹੜੀ ਗਲੋਬਲ ਵਾਰਮਿੰਗ ਗੈਸ ਹੈ ਨਾਈਟ੍ਰੋਜਨ ਡਾਈਆਕਸਾਈਡ, ਔਰ ਉਸਦੀ ਮਾਤਰਾ ਅਤੇ ਜਿਹੜੀ ਧੂੜ ਅਤੇ ਡਸਟ ਅਤੇ ਕੋਲ ਦੇ ਕਣਾਂ ਦੀ ਮਾਤਰਾ ਬਹੁਤ ਜ਼ਿਆਦਾ ਸੀ ਹਵਾ ਦੇ ਵਿੱਚ। ਹੁਣ ਜਦੋਂ ਹਵਾ ਵੀ ਪ੍ਰਦੂਸ਼ਣ ਹੋ ਗਈ, ਸਮੁੰਦਰੀ ਪਾਣੀ ਗਰਮ ਹੋ ਗਏ, ਉਹਦੇ ਨਾਲ ਹੜ੍ਹ ਆ ਗਏ ਜਾਂ ਔੜ ਪੈ ਗਈ ਅਤੇ ਹੋਰ ਸਾਰੀਆਂ ਜਿਹੜੀਆਂ ਬਿਮਾਰੀਆਂ ਸਾਡੇ 'ਚ ਆ ਗਈਆਂ, ਤਾਂ ਉਹ ਜੰਗਲੀ ਜੀਵਾਂ ਨੂੰ ਵੀ ਇਫੈਕਟ ਕਰ ਰਹੀਆਂ। ਸਾਡੀਆਂ ਜਿਹੜੀਆਂ ਸਾਡੇ ਸਾਥੀ ਨੇ ਇਸ ਪਲੈਨਟ 'ਤੇ ਰਹਿਣ ਵਾਲੇ ਹੋਰ ਜੀਵ ਜੰਤੂ, ਉਹਨਾਂ ਨੂੰ ਉਹ ਵੀ ਪ੍ਰਭਾਵਿਤ ਹੋ ਰਹੇ ਨੇ। ਅਤੇ ਇਹ ਦੇਖਿਆ ਜਾ ਰਿਹਾ ਹੈ ਕਿ ਇਸ ਸਦੀ ਦੇ ਅੰਤ ਤੱਕ 50% ਜਿਹੜੇ ਜੀਵ ਜੰਤੂ ਜਾਤੀਆਂ ਨੇ ਉਹ ਖਤਮ ਹੋ ਜਾਣਗੀਆਂ ਇਸ ਪ੍ਰਦੂਸ਼ਣ ਕਰਕੇ, ਵਾਯੂਮੰਡਲੀ ਜਿਹੜੀ ਸਮੱਸਿਆਵਾਂ ਪੈਦਾ ਹੋਈਆਂ ਉਹਨਾਂ ਕਰਕੇ। ਔਰ ਇੱਥੇ ਇੱਕ ਨੋਟ ਕਰਨ ਵਾਲੀ ਗੱਲ ਹੈ ਸਾਡੇ ਪਾਸ ਕਿ ਹਰ ਚੀਜ਼, ਭਾਵੇਂ ਉਹ ਫਲੱਡ ਹੋਣ, ਵਾਇਲਡ ਫਾਇਰ ਹੋਣ, ਡਰੋਟ ਹੋਵੇ, ਸਟੋਰਮ ਡੈਮੇਜ ਹੋਵੇ, ਸਮੁੰਦਰਾਂ ਦੇ ਪਾਣੀਆਂ 'ਚ ਤਜ਼ਾਬੀਪਣ ਹੋਵੇ, ਜਾਂ ਸਾਡੇ ਹੜ੍ਹ ਆਉਣ ਦੇ ਨਾਲ ਜਿਹੜੀ ਇਨਫਰਾਸਟ੍ਰਕਚਰ ਖਤਮ ਹੋ ਜਾਏ, ਜਾਂ ਇਨਵਾਇਰਮੈਂਟਲ ਰਿਫਿਊਜ਼ ਜਿਹੜੇ ਪੈਦਾ ਹੋ ਜਾਣ, ਇਹ ਸਾਰੇ ਜਿਹੜੇ ਇਸ਼ੂਜ਼ ਹੈ, ਇਹਨਾਂ ਨੂੰ ਜਦੋਂ ਅਸੀਂ ਡੋਲਰ 'ਚ ਕਨਵਰਟ ਕਰਦੇ ਹਾਂ ਕਿ ਕਿੱਡਾ ਕੁ ਨੁਕਸਾਨ ਸਾਡਾ ਹੋ ਰਿਹਾ, ਤਾਂ ਇਹ ਤਾਂ ਇਹ ਸਾਰੇ ਨੂੰ ਇਕੱਠਾ ਕਰਕੇ ਦੇਖਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਾਰੇ ਦੇ ਨੂੰ ਠੀਕ ਕਰਨ ਦੇ ਲਈ ਅਰਬਾਂ ਖਰਬਾਂ ਡਾਲਰਾਂ ਦੀ ਲੋੜ ਪਏਗੀ ਸਾਨੂੰ। ਸੋ ਇਟਸ ਅ ਥ੍ਰੈਟ ਟੂ ਗਲੋਬਲ ਇਕੋਨਮੀ। ਸੋ ਇਹ ਪੂਰੀ ਵਿਸ਼ਵ ਇਸ ਇਹਨਾਂ ਸਮੱਸਿਆ ਦੇ ਨਾਲ ਅੱਜ ਜੂਝ ਰਿਹਾ ਹੈ। ਸੋ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਮੌਜੂਦਾ ਵਤੀਰਾ ਹੈ, ਜਿਸ ਢੰਗ ਨਾਲ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਹਾਂ ਪੂਰੀ ਧਰਤੀ ਦੇ ਉੱਤੇ, ਉਸਨੂੰ ਬਦਲਣ ਦੀ ਲੋੜ ਹੈ। ਸੋ ਸਾਨੂੰ ਇਹ ਲੋੜ ਹੈ। ਸੋ ਦੂਜਾ ਸਵਾਲ ਸਾਡੇ ਪਾਸ ਇਹ ਹੈ, ਕੈਨ ਵੀ ਚੇਂਜ, ਕੀ ਅਸੀਂ ਬਦਲ ਸਕਦੇ ਹਾਂ ਜਿਹੜੇ ਢੰਗ ਨਾਲ ਅਸੀਂ ਜੀਵਨ ਜੀ ਰਹੇ ਹਾਂ, ਕਿ ਇਸ ਨੂੰ ਅਸੀਂ ਬਦਲ ਸਕਾਂਗੇ, ਬਦਲ ਸਕਦੇ ਹਾਂ ਕਿ ਨਹੀਂ, ਕੀ ਕੋਈ ਚਾਂਸ ਹੈ, ਉਸ ਨੂੰ ਦੇਖਾਂਗੇ। ਯੈਸ, ਵੀ ਹੈਵ ਦ ਸੋਲਿਊਸ਼ਨ ਐਟ ਹੈਂਡ, ਸਾਡੇ ਪਾਸ ਹੱਲ ਹੈਗੇ ਨੇ ਇਹਨਾਂ ਸਮੱਸਿਆ ਨੂੰ ਹੱਲ ਕਰਨ ਦੇ, ਉਹਨਾਂ ਬਾਰੇ ਜਾਣੂ ਹੋਣ ਦੀ ਲੋੜ ਹੈ। ਹੁਣ ਤੁਸੀਂ ਦੇਖੋ ਕਿ ਜੀਵਨ ਨੂੰ ਚਲਾਉਣ ਦੇ ਲਈ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਹੈ, ਊਰਜਾ ਦੀ ਲੋੜ ਪੈਂਦੀ ਹੈ, ਜਿੱਦਾਂ ਗੈਸ ਹੈ ਸਾਨੂੰ ਘਰਾਂ ਨੂੰ ਗਰਮ ਕਰਨ ਦੇ ਲਈ ਲੋੜ ਪੈਂਦੀ ਹੈ, ਖਾਣਾ ਬਣਾਉਣ ਲਈ ਇਹ ਲੋੜ ਪੈਂਦੀ ਹੈ, ਕਾਰਾਂ ਚਲਾਉਣ ਲਈ ਲੋੜ ਪੈਂਦੀ ਹੈ। ਅਤੇ ਅਸੀਂ ਗ੍ਰੀਨ ਐਨਰਜੀ ਜਿਹੜਾ ਪ੍ਰੋਜੈਕਟ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ, ਉਹਦਾ ਇਹ ਅੰਦਾਜ਼ਾ ਸੀ ਕਿ 2010 ਤੱਕ ਅਸੀਂ ਸੂਰਜ ਦੀ ਊਰਜਾ ਵਿੰਡ ਤੋਂ ਜਿਹੜੀ ਹਵਾ ਹੈ ਉਸ ਤੋਂ 30 GW ਬਿਜਲੀ ਪੈਦਾ ਕਰ ਸਕਾਂਗੇ। ਅਤੇ ਜੇ ਅਸੀਂ ਦੇਖੀਏ ਸਾਡੇ ਪਾਸ ਰਿਜ਼ਲਟ ਕੀ ਆਇਆ ਕਿ 2019 ਤੱਕ ਅਸੀਂ ਵਿੰਡ
एनर्जी जिहड़ी आ जो पैदा कीती उह साडे 2010 दे टारगेट तों 22 गुणा ज्यादा सी। सो इह इक बड़ी आस दी किरण पैदा होई है साडे पास कि सानू ग्रीन एनर्जी वल नू जाणा चाहीदा, सूरज दी ऊर्जा किसे ਹੋਰ ਢੰਗ ਦੇ ਨਾਲ, ਨਾ ਕਿ ਫੋਸਲ ਫਿਊਲ ਦੀ ਫੋਰਮ ਦੇ ਵਿੱਚ, ਸਗੋਂ ਕਿਸੇ ਹੋਰ ਢੰਗ ਨਾਲ ਉਹਨੂੰ ਵਰਤ ਸਕੀਏ ਤਾਂ ਚੰਗਾ ਹੋਏਗਾ। ਤੋ ਇਹ ਵਿੰਡ ਐਨਰਜੀ ਇੱਕ ਅਜਿਹੀ ਟੈਕਨੀਕ ਹੈ ਜਿਹਦੇ ਨਾਲ ਅਸੀਂ ਕਰ ਸਕਦੇ ਹਾਂ। ਸੋ ਪੂਰੇ ਵਿਸ਼ਵ ਦੇ ਵਿੱਚ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿੰਨੇ ਮੈਗਾਵਾਟ ਦੀ ਬਿਜਲੀ ਅਸੀਂ ਵਿੰਡ ਐਨਰਜੀ ਤੋਂ ਪੈਦਾ ਕਰਦੇ ਹਾਂ। ਉਸ ਬਿਜਲੀ ਦੇ ਨਾਲ ਸਾਡੇ ਘਰ ਵੀ ਅਤੇ ਸਾਡੇ ਕਾਰਖਾਨੇ ਵੀ ਅਤੇ ਸਾਡੀਆਂ ਸਕੂਲ ਅਤੇ ਹੋਰ ਅਦਾਰੇ ਚੱਲਦੇ ਨੇ ਬੜੀ ਤੇਜ਼ੀ ਦੇ ਨਾਲ। ਆ ਪਿਛਲੇ 2007 ਤੋਂ ਲੈ ਕੇ 19 ਤੱਕ ਤੁਸੀਂ ਦੇਖੋ ਕਿ ਗ੍ਰਾਫ ਬਹੁਤ ਤੇਜ਼ੀ ਦੇ ਨਾਲ ਉੱਪਰ ਨੂੰ ਜਾ ਰਿਹਾ, ਜਿਸ ਦਾ ਮਤਲਬ ਹੈ ਕਿ ਸਾਨੂੰ ਬਹੁਤ ਸਫਲਤਾ ਮਿਲ ਰਹੀ ਹੈ ਇਸ ਢੰਗ ਨਾਲ ਜਿਹੜੀ ਹੈ ਬਿਜਲੀ ਨੂੰ ਪੈਦਾ ਕਰਨ ਦੀ, ਕੋਲੇ ਨੂੰ ਬਾਲ ਕੇ ਬਿਜਲੀ ਪੈਦਾ ਕਰਨ ਨਾਲ। ਇਸੇ ਤਰ੍ਹਾਂ ਦੂਸਰੀ ਜਿਹੜੀ ਤਰੱਕੀ ਹੋਈ ਹੈ ਸਾਡੇ ਪਿਛਲੇ ਸਾਲਾਂ ਦੇ ਵਿੱਚ, ਉਹ ਸੂਰਜ ਦੀਆਂ ਕਿਰਨਾਂ ਨੂੰ ਡਾਇਰੈਕਟਲੀ ਬਿਜਲੀ ਵਿੱਚ ਬਦਲਣ ਦੀ। ਤੇ ਇਹ ਅਜਿਹਾ ਅੰਦਾਜ਼ਾ ਸੀ ਕਿ 2010 ਤੱਕ ਸਾਨੂੰ ਅਸੀਂ 1 ਗੀਗਾਵਾਟ ਜਿਹੜੀ ਬਿਜਲੀ ਪੈਦਾ ਕਰ ਲਾਂਗੇ। ਇਹ ਯੂਨਿਟ ਹੈ ਜਿਹਦੇ 'ਚ ਅਸੀਂ ਮੈਜ਼ਰ ਕਰਦੇ ਹਾਂ, ਬਹੁਤ ਵੱਡੀ ਮਾਤਰਾ ਹੈ। 2010 ਤੱਕ ਸਾਨੂੰ ਖਿਆਲ ਸੀਗਾ ਕਿ ਇੰਨੀ ਪੈਦਾ ਕਰ ਸਕਾਂਗੇ, ਅਤੇ ਹੋਇਆ ਕੀ ਹੈ, ਰਿਐਲਿਟੀ ਇਹ ਹੈ ਕਿ 2019 ਤੱਕ ਅਸੀਂ ਉਸ ਤੋਂ 121 ਗੁਣਾ ਜ਼ਿਆਦਾ ਪੈਦਾ ਕਰ ਲਈ ਹੈ ਬਿਜਲੀ। ਸੋ ਇਸਦਾ ਮਤਲਬ ਇਹ ਜੋ ਖੋਜ ਚੱਲ ਰਹੀ ਹੈ ਪੂਰੇ ਵਿਸ਼ਵ ਦੇ ਵਿੱਚ ਉਹ ਠੀਕ ਰਸਤੇ ਤੇ ਚੱਲ ਰਹੀ ਹੈ, ਜਿਹਦੇ ਨਾਲ ਅਸੀਂ ਫੋਸਲ ਫਿਊਲ ਉਹ ਬਾਲਣ ਜਿਸ ਤੋਂ ਗਲੋਬਲ ਵਾਰਮਿੰਗ ਗੈਸਾਂ ਪੈਦਾ ਹੁੰਦੀਆਂ, ਉਸ ਤੋਂ ਪਰੇ ਹਟ ਕੇ ਨਵੇਂ ਢੰਗ ਦੇ ਨਾਲ ਜਿਹੜੇ ਆ ਸਾਡੀਆਂ ਫੈਕਟਰੀਆਂ, ਕਾਰਖਾਨੇ, ਗੈਸਾਂ ਤੇ ਕਾਰਾਂ ਤੇ ਹੋਰ ਵਹੀਕਲ ਚਲਾਉਣ ਦੇ ਨਵੇਂ ਢੰਗ ਲੱਭ ਰਹੇ ਹਾਂ। ਨਵੀਂ ਕਿਸਮ ਦੀ ਊਰਜਾ ਜਿਹਨੂੰ ਅਸੀਂ ਗ੍ਰੀਨ ਐਨਰਜੀ ਕਹਿੰਦੇ ਹਾਂ, ਉਹ ਉਹਦੇ ਵਿੱਚ ਖੋਜ ਬਹੁਤ ਸਫਲਤਾਪੂਰਨ ਹੋਈ ਹੈ। ਇਹ ਦੇਖੋ ਕਿ 2010 ਤੋਂ ਇਹ ਗ੍ਰਾਹ ਬਹੁਤ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਇਹ ਸਾਨੂੰ ਪੂਰੀ ਵਰਲਡ ਦੇ ਵਿੱਚ ਨਵੇਂ ਜਿਹੜੇ PV ਫੋਟੋਵੋਲਟਿਕ ਇੰਸਟਾਲੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਹਦੇ ਤੋਂ ਊਰਜਾ ਸੂਰਜੀ ਊਰਜਾ ਨੂੰ ਬਿਜਲੀ 'ਚ ਕਨਵਰਟ ਕੀਤਾ ਜਾਂਦਾ, ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਦਹਾਕੇ ਦੇ ਵਿੱਚ ਬਹੁਤ ਤੇਜ਼ੀ ਨਾਲ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਹੈ। ਜ਼ਿਆਦਾ ਜਿਹੜੀ ਅਸੀਂ ਊਰਜਾ ਜਿਹੜੀ ਆ ਉਹ ਸੂਰਜੀ ਕਿਰਨਾਂ ਤੋਂ ਪ੍ਰਾਪਤ ਕਰਕੇ ਉਹਨੂੰ ਬਿਜਲੀ 'ਚ ਕਨਵਰਟ ਕਰ ਰਹੇ ਹਾਂ। ਇਸੇ ਤਰ੍ਹਾਂ ਸੈੱਲਾਂ ਤੋਂ ਸੂਰਜੀ ਸੈੱਲਾਂ ਤੋਂ ਪੈਦਾ ਕਰਨ ਵਾਲੀ ਬਿਜਲੀ ਦੀ ਪਹਿਲਾਂ ਬਹੁਤ ਮਹਿੰਗੀ ਪੈਂਦੀ ਸੀ, $89 ਪਰ ਵਾਟ, ਅਤੇ ਅੱਜ ਸਿਰਫ 20 ਸੈਂਟ ਪਰ ਵਾਟ। ਸੋ ਸਮੇਂ ਨਾਲ ਇੰਨੀ ਤਰੱਕੀ ਹੋਈ ਹੈ 1976 ਤੋਂ ਲੈ ਕੇ 2020 ਤੱਕ ਕਿ ਸਾਨੂੰ ਸੂਰਜੀ ਊਰਜਾ ਬਹੁਤ ਸਸਤੀ ਪੈਣੀ ਸ਼ੁਰੂ ਹੋ ਗਈ। ਕਨਵਰਟ ਕਰਨੀ ਪੈਂਦੀ ਹੈ ਨਾ, ਸੂਰਜ ਤੋਂ ਆਉਂਦੀ ਜਿਹੜੀ ਊਰਜਾ ਹੈ ਉਹਨੂੰ ਅਸੀਂ ਫੋਟੋਵੋਲਟਿਕ ਸੈੱਲ ਦੇ ਰਾਹੀਂ ਬਿਜਲੀ 'ਚ ਕਨਵਰਟ ਕਰਦੇ ਹਾਂ, ਅਤੇ ਇਹ ਸਾਡਾ ਜਿਹੜਾ ਉਹਦੇ 'ਤੇ ਖਰਚਾ ਆਉਂਦਾ ਉਹ ਬਹੁਤ ਘੱਟ ਗਿਆ ਹੈ। ਇਹ ਵੀ ਇੱਕ ਬਹੁਤ ਅੱਛਾ ਸਾਡੇ ਪਾਸ ਸਫਲਤਾ ਮਿਲੀ ਹੈ। ਹੁਣ ਜੇ ਅਸੀਂ ਦੇਖਿਆ ਜਾਈਏ ਕਿ ਸੂਰਜ ਤੋਂ ਕਿੰਨੀ ਕੁ ਊਰਜਾ ਸਾਡੇ ਤੱਕ ਪਹੁੰਚਦੀ ਹੈ ਜਿਹੜੀ ਸਾਡੇ ਕੰਮ ਆ ਸਕਦੀ ਹੈ, ਜਿਹਨੂੰ ਅਸੀਂ ਵਿੰਡ ਐਨਰਜੀ ਦੀ ਫਾਰਮ 'ਚ ਜਾਂ ਸੋਲਰ ਐਨਰਜੀ ਦੀ ਫਾਰਮ ਜਾਂ ਇਲੈਕਟ੍ਰੀਸਿਟੀ ਦੀ ਐਨਰਜੀ ਦੇ ਵਿੱਚ ਕਨਵਰਟ ਕਰਕੇ ਬਦਲ ਸਕਦੇ ਹਾਂ, ਤਾਂ ਉਹ ਸੂਰਜ ਤੋਂ ਹਰ 1 ਘੰਟੇ ਦੇ ਵਿੱਚ ਇੰਨੀ ਸਾਨੂੰ ਊਰਜਾ ਮਿਲ ਰਹੀ ਹੈ ਕਿ ਸਾਡੀਆਂ ਪੂਰੀ ਵਿਸ਼ਵ ਦੀਆਂ 1 ਸਾਲ ਦੀ ਲੋੜ ਸੂਰਜ ਤੋਂ 1 ਘੰਟੇ 'ਚ ਪਹੁੰਚ ਰਹੀ ਹੀ ਊਰਜਾ ਦੇ ਨਾਲ ਪੂਰੀਆਂ ਹੋ ਸਕਦੀਆਂ ਹਨ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸੂਰਜ ਦੀ ਊਰਜਾ ਨੂੰ ਅਸੀਂ ਨਵੇਂ ਨਵੇਂ ਢੰਗਾਂ ਦੇ ਨਾਲ ਫੋਸਲ ਫਿਊਲ ਨੂੰ ਘਟਾ ਕੇ ਗ੍ਰੀਨ ਐਨਰਜੀ ਦੀ ਫਾਰਮ 'ਚ ਵਰਤੀਏ ਤਾਂ ਸਾਡਾ ਬਹੁਤ ਫਾਇਦਾ ਹੈ, ਔਰ ਇੱਧਰ ਤਰੱਕੀ ਵੀ ਬਹੁਤ ਹੋ ਰਹੀ ਹੈ। ਹੁਣ ਤੁਸੀਂ ਦੇਖੋ ਕਿ ਇਹ ਹੈ ਸਾਡੇ ਪਾਸ ਜਿਹੜੀ ਸੂਰਜ ਤੋਂ ਬਿਜਲੀ ਪੈਦਾ ਕਰਦੇ ਹਾਂ ਫੋਟੋਵੋਲਟਿਕ ਦੇ ਥਰੂ, ਉਹਨੂੰ ਸਾਨੂੰ ਸਟੋਰ ਕਰਨਾ ਪੈਂਦਾ ਹੈ, ਕਿਉਂਕਿ ਸੂਰਜ ਕਿਸੇ ਵੇਲੇ ਹੈ ਕਿਸੇ ਵੇਲੇ ਨਹੀਂ ਹੈ। ਜਦੋਂ ਸੂਰਜ ਰਾਤ ਦੇ ਸਮੇਂ 'ਚ ਸਟੋਰ ਕੀਤੀ ਬਿਜਲੀ ਨਾਲ ਅਸੀਂ ਘਰਾਂ ਦੇ ਕੰਮ, ਇੰਡਸਟਰੀਆਂ ਦੇ ਕੰਮ, ਦਫ਼ਤਰਾਂ ਦੇ ਕੰਮ ਚਲਾ ਸਕਦੇ ਹਾਂ। ਉਹ ਸਟੋਰ ਕਰਨ ਵਾਲੀਆਂ ਜਿਹੜੀਆਂ ਬੈਟਰੀਆਂ ਉਹਨਾਂ ਦੀ ਕਪੈਸਿਟੀ 'ਚ ਵੀ ਪਿਛਲੇ ਸਾਲਾਂ 'ਚ ਬਹੁਤ ਵਾਧਾ ਹੋਇਆ ਹੈ। ਇਹ ਗ੍ਰਾਫ ਉਹਨੂੰ ਦੱਸ ਰਿਹਾ ਹੈ ਕਿ ਮੌਜੂਦਾ ਸਾਲਾਂ ਦੇ ਵਿੱਚ 2019-20 ਦੇ ਪਹਿਲਾਂ 15 ਤੋਂ 17 ਦੇ ਵਿੱਚ ਡਬਲ ਹੋਈ ਹੈ ਇਹ ਕਪੈਸਿਟੀ। ਆਉਣ ਵਾਲੇ ਸਾਲਾਂ 'ਚ ਇਹ ਇਸ ਤਰ੍ਹਾਂ ਦਾ ਵਾਧਾ ਹੋਣ ਦੇ ਅੰਦਾਜ਼ੇ ਨੇ। 1000 ਗੀਗਾਵਾਟ ਤੱਕ ਅਸੀਂ ਸਟੋਰ ਕਰਨ ਦੀ ਕਪੈਸਿਟੀ 2040 ਤੱਕ ਪ੍ਰਾਪਤ ਕਰ ਲਵਾਂਗੇ।
ਸੋ ਇੱਧਰ ਬਹੁਤ ਅੱਛੀ ਤਰੱਕੀ ਹੋਈ ਹੈ, ਬਹੁਤ ਖੁਸ਼ੀ ਦੀਆਂ ਗੱਲਾਂ ਵੀ ਨੇ, ਪਰ ਇਹ ਦੇਖੋ ਬੈਟਰੀਆਂ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਅਸੀਂ ਫੋਸਲ ਫਿਊਲ 'ਤੇ ਚੱਲਣ ਵਾਲੀਆਂ ਜਿਹੜੀਆਂ ਗੈਸ 'ਤੇ ਚੱਲਣ ਵਾਲੀਆਂ ਕਾਰਾਂ ਦੀ ਥਾਂ ਇਲੈਕਟ੍ਰਿਕ ਵਹੀਕਲਸ ਵੱਲ ਨੂੰ ਟ੍ਰੈਂਡ ਹੁੰਦਾ ਜਾ ਰਿਹਾ ਹੈ, ਕਿਉਂਕਿ ਉਹ ਪੋਲਿਊਸ਼ਨ ਘੱਟ ਕਰਦੀਆਂ ਨੇ, ਉਹਦੇ ਨਾਲ ਸਾਡੇ ਵਾਤਾਵਰਣ ਦੇ ਵਿੱਚ ਪ੍ਰਦੂਸ਼ਣ ਨਾ ਹੋਣ ਕਰਕੇ ਗਲੋਬਲ ਵਾਰਮਿੰਗ ਗੈਸਿਸ ਘੱਟ ਜਾਂਦੀਆਂ ਅਤੇ ਸਾਡੇ ਵਾਤਾਵਰਣ ਦਾ ਤਾਪਮਾਨ ਵਧਣ ਦਾ ਖਤਰਾ ਘੱਟਦਾ ਹੈ। ਸੋ ਇਹ ਦੇਖੋ ਕਿ ਵੀ ਇਹ 2010 ਤੋਂ ਲੈ ਕੇ 20 ਤੱਕ ਲਗਾਤਾਰ ਗਲੋਬਲ ਇਲੈਕਟ੍ਰਿਕ ਕਾਰ ਜਿਹੜੀ ਹੈ ਇੰਨੀ ਪਾਪੂਲਰ ਹੋਈ ਹੈ, ਉਹਦੇ ਵਿੱਚ ਲਗਾਤਾਰ 7 ਮਿਲੀਅਨ ਦੇ ਕਰੀਬ ਜਿਹੜਾ ਹੈ ਉਹ ਕਾਰਾਂ ਮਾਰਕੀਟ ਦੇ ਵਿੱਚ ਆ ਗਈਆਂ ਜਿਹੜੀਆਂ ਕਿ ਲੋਕ ਯੂਜ ਕਰ ਰਹੇ ਨੇ ਥਰੂ ਰਿਵਰ। ਸੋ ਇਸ ਤੋਂ ਇਹ ਜਿਹੜੀਆਂ ਖਬਰਾਂ ਅਸੀਂ ਦੇਖੀਆਂ ਇਹਨਾਂ ਤੋਂ ਇਹ ਲੱਗਦਾ ਹੈ ਕਿ ਯੈਸ ਵੀ ਕੈਨ ਚੇਂਜ, ਦੇਅਰ ਆਰ ਚਾਂਸ, ਸਾਡੇ ਕੋਲ ਅਲਟਰਨੇਟਿਵ ਨੇ, ਸਾਡੇ ਕੋਲ ਅਲੱਗ ਢੰਗ ਨੇ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਅਤੇ ਤੀਸਰਾ ਸਵਾਲ ਸਾਡੇ ਪਾਸ ਇਹ ਪੈਦਾ ਹੁੰਦਾ ਵਿਲ ਵੀ ਚੇਂਜ, ਕਿ ਕੀ ਅਸੀਂ ਬਦਲਾਂਗੇ, ਕੀ ਸਾਡੇ 'ਚ ਇਹ ਹਿੰਮਤ ਹੈਗੀ ਹੈ ਕਿ ਅਸੀਂ ਆਪਣੇ ਆਪ ਨੂੰ ਬਦਲ ਲਈਏ। ਤਾਂ ਉਹਦੇ ਲਈ ਅਸੀਂ ਇਹ ਦੇਖਾਂਗੇ। ਹੁਣ ਦੇਖੋ ਕਿ 2015 ਦੇ ਵਿੱਚ ਪੈਰਿਸ ਦੇ ਵਿੱਚ ਇੱਕ ਕਾਨਫਰੰਸ ਹੋਈ ਪੈਰਿਸ ਐਗਰੀਮੈਂਟ ਦਾ, ਉੱਥੇ ਉਹਦੇ ਕਾਨਫਰੰਸ ਤੋਂ ਬਾਅਦ ਜੋ ਰੈਜੂਲੇਸ਼ਨ ਪਾਸ ਕੀਤੇ ਗਏ, ਮਤੇ ਪਾਸ ਕੀਤੇ ਗਏ, ਉਹਨੂੰ ਪੈਰਿਸ ਐਗਰੀਮੈਂਟ ਦਾ ਨਾਂ ਦਿੱਤਾ ਗਿਆ, ਜਿਹਦੇ 'ਚ 200 ਕੰਟਰੀ ਆਲ ਓਵਰ ਦੀ ਵਰਲਡ ਇਕੱਠੇ ਹੋਏ, ਜਿਹਨਾਂ ਵਿੱਚ ਹਰ ਨੇਸ਼ਨ ਨੇ ਇਹ ਐਗਰੀ ਕੀਤਾ ਕਿ ਅਸੀਂ 2050 ਤੱਕ ਜਿਹੜੀਆਂ ਇਹ ਸਾਡੇ ਵਾਯੂਮੰਡਲ ਨੂੰ ਗਰਮ ਕਰਨ ਵਾਲੀਆਂ ਗੈਸਾਂ ਨੇ, ਉਹਨਾਂ ਨੂੰ ਅਸੀਂ ਗ੍ਰੀਨ ਹਾਊਸ ਗੈਸਿਸ ਵੀ ਕਹਿੰਦੇ ਹਾਂ, ਉਹਨਾਂ ਦੀ ਮਾਤਰਾ ਵਾਯੂਮੰਡਲ 'ਚ ਸਿੱਟਣੀ ਅਸੀਂ ਬੰਦ ਕਰ ਦਾਂਗੇ, ਬਿਲਕੁਲ ਜ਼ੀਰੋ ਕਰ ਦਾਂਗੇ, ਇਹ ਉਹਨਾਂ ਨੇ ਉੱਥੇ ਐਗਰੀ ਕੀਤਾ। ਪਰ ਇੱਕ ਦੁਖਦ ਘਟਨਾ ਵੀ ਹੋਈ ਕਿ USA ਨੇ ਉੱਥੋਂ ਵਿਦਡਰਾ ਕਰਨ ਦਾ, ਉਸ ਜਿਹੜਾ ਐਗਰੀਮੈਂਟ 'ਚੋਂ ਵਿਦਡਰਾ ਕਰਨ ਦੇ ਲਈ ਕਿਹਾ, ਪਰ ਉਹ ਹਾਲੇ ਤੱਕ ਐਤਕੀ ਜਿਹੜੀ ਇਲੈਕਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਐਕਚੁਲੀ ਉੱਥੋਂ ਵਿਦਡਰਾ ਕਰ ਸਕਦਾ ਕਿ ਨਹੀਂ। ਸੋ ਇਹ ਤਾਂ ਬੇਸ਼ੱਕ ਇਹ ਸੈਕਿੰਡ ਪਾਰਟ ਜਿਹੜਾ ਹੈ ਇਸ ਸਲਾਈਡ ਦਾ ਉਹ ਥੋੜ੍ਹਾ ਦੁਖਦਾਈ ਘਟਨਾ ਹੈ, ਪਰ ਹਾਲੇ ਤੱਕ ਉਹ ਵਿਦਡਰਾ ਨਹੀਂ ਹੋਇਆ। ਇਹ ਹੁਣ ਦੀ ਜਿਹੜੀ 2020 'ਚ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਹੋ ਰਹੀ ਹੈ, ਉਸ ਤੋਂ ਨੈਕਸਟ ਜਦੋਂ ਰਿਜ਼ਲਟ ਆਏਗਾ ਉਹ ਤੋਂ ਪਤਾ ਲੱਗੇਗਾ। ਪਰ 200 ਕੰਟਰੀ ਨੇ ਐਗਰੀਮੈਂਟ ਕੀਤਾ, ਔਰ ਇਹ ਇੱਕ ਬਹੁਤ ਅੱਛੀ ਗੱਲ ਹੈ ਕਿ 2050 ਤੱਕ ਗਲੋਬਲ ਵਾਰਮਿੰਗ ਗੈਸਿਸ ਦਾ ਐਮਿਸ਼ਨ ਸਾਡੇ ਵਾਯੂਮੰਡਲ 'ਚ ਜ਼ੀਰੋ ਹੋ ਜਾਏਗਾ। ਬੇਸ਼ੱਕ ਅਮੈਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਟਰੰਪ ਨੇ ਇਹ ਪੈਰਿਸ ਐਗਰੀਮੈਂਟ 'ਚੋਂ ਵਿਦਡਰਾ ਕਰਨ ਦਾ ਅਨਾਊਂਸ ਕੀਤਾ ਸੀ, ਪਰ ਉਸਦੇ ਨਾਲ ਹੀ ਇੱਕ ਬਹੁਤ ਅੱਛੀ ਘਟਨਾ ਅਮੈਰੀਕਾ 'ਚ ਵਾਪਰ ਰਹੀ ਹੈ ਕਿ ਉੱਥੇ ਯੂਨਾਈਟਿਡ ਸਟੇਟਸ ਕਲਾਈਮੇਟ ਅਲਾਇੰਸ ਬਣਿਆ, ਜਿਹਦੇ 'ਚ 24 ਸਟੇਟਸ ਆਫ ਅਮੈਰੀਕਾ ਨੇ ਐਗਰੀ ਕੀਤਾ ਕਿ ਸਾਨੂੰ ਵਾਤਾਵਰਨ ਨੂੰ ਸੁਧਾਰਨ ਦੇ ਲਈ ਪੈਰਿਸ ਐਗਰੀਮੈਂਟ ਦੇ ਮੁਤਾਬਕ ਕੰਮ ਕਰਨ ਦੀ ਲੋੜ ਹੈ। ਇਹ ਅਮੈਰੀਕਨ ਲੋਕਾਂ ਦੀ 55% ਆਬਾਦੀ ਨੂੰ ਰਿਪ੍ਰੈਜੈਂਟ ਕਰਦਾ। ਸੋ ਇਹ ਇੱਕ ਅੱਛੀ ਗੱਲ ਹੈ। ਹੁਣ ਤੁਸੀਂ ਦੇਖੋ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਦੇਖੋ ਬਹੁਤ ਸਾਰੀਆਂ ਕੰਪਨੀਆਂ ਆਪਣੇ ਆਪ ਨੂੰ ਬਦਲ ਰਹੀਆਂ ਨੇ। 240 ਗਲੋਬਲ ਕੰਪਨੀਜ਼ ਹੈਜ਼ ਮੇਡ ਅ ਕਮਿਟਮੈਂਟ ਟੂ ਗੋ 100% ਰੀਨਿਊਏਬਲ, ਕਿ ਉਹਨਾਂ ਨੇ ਨਵੇਂ ਊਰਜਾ ਸਰੋਤ ਫੋਸਲ ਫਿਊਲ ਦੀ ਬਜਾਏ ਨਵੇਂ ਊਰਜਾ ਸਰੋਤ ਵਰਤਣ ਦੇ ਲਈ ਐਗਰੀ ਕੀਤਾ। 240 ਗਲੋਬਲ ਕੰਪਨੀ ਨੇ, ਮਲਟੀਨੈਸ਼ਨਲ ਨੇ, ਜੋ ਬੜੀ ਖੁਸ਼ੀ ਦੀ ਗੱਲ ਹੈ। ਔਰ ਇਹ ਉਹ ਸਾਰੀਆਂ ਕੰਪਨੀਆਂ ਦੇ ਨਾਂ ਨੇ ਜਿਹਨਾਂ ਨੇ ਇਸ ਗੱਲ ਨੂੰ ਐਗਰੀ ਕੀਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੀਨਿਊਏਬਲ ਸੋਰਸਿਸ ਆਫ ਐਨਰਜੀ ਯੂਜ ਕਰਾਂਗੇ, ਅਤੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਵੀ ਇਸ ਗੱਲ ਕਰਕੇ ਇਸ ਗੱਲ ਪ੍ਰਤੀ ਚੇਤਨ ਹੋ ਚੁੱਕੀ ਹੈ। ਟੈਨੇਸੀ ਦੀ 27 ਦੀ ਹੈ, ਉੱਥੇ ਬੱਚਿਆਂ ਨੇ ਰਿਪ੍ਰਜੈਂਟ, ਕਲਾਈਮੇਟ ਚੇਂਜ ਇਜ਼ ਰੀਅਲ ਇਨ ਅਦਰ ਨਿਊਜ਼ ਵਾਟਰ ਇਜ਼ ਵੈਟ, ਸੋ ਦੇ ਆਰ ਸੇਇੰਗ ਕਿ ਅਸੀਂ ਸਾਡੇ ਲਈ ਜਿਹੜਾ ਫਿਊਚਰ ਹੈ ਉਹ ਸਿਕਿਓਰ ਹੋਣਾ ਚਾਹੀਦਾ ਹੈ, ਇਹ ਪਲੈਨਟ ਦੇ ਉੱਤੇ ਸਾਡੇ ਜੀਵਨ ਗੁਜ਼ਾਰਨ ਦੇ ਲਈ ਜਿਹੜਾ ਹੈ ਸਹੀ ਵਾਤਾਵਰਨ ਕਾਇਮ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਉਸਦੇ ਹੱਕ 'ਚ ਪ੍ਰੋਟੈਸਟ ਸਾਰੀ ਦੇ ਵਿੱਚ ਅਲੱਗ ਅਲੱਗ ਜਗ੍ਹਾ ਚੱਲ ਰਹੇ ਨੇ। ਤੋ ਸਾਡਾ ਕੀ ਰੋਲ ਹੈ, ਅਸੀਂ ਕੀ ਕਰ ਸਕਦੇ ਹਾਂ ਇਹ ਸਾਰੇ ਮਸਲੇ ਤੇ? ਤੋ ਇੱਥੇ ਇੱਕ ਸੁਜੈਸ਼ਨ ਹੈ ਕਿ ਜੁਆਇਨ ਦੋਜ਼ ਹੂ ਆਰ ਯੂਜ਼ਿੰਗ ਦੇਅਰ ਵਾਇਸਿਸ। ਸੋ
ਉਹ ਲੋਕ ਜੋ ਤੁਹਾਡੇ ਤੱਕ ਜਾਂ ਕਮਿਊਨਿਟੀ ਤੱਕ ਜਾਂ ਹੋਰ ਲੋਕਾਂ ਤੱਕ ਇਹ ਸੁਨੇਹੇ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਦੇ ਨਾਲ ਉਹਨਾਂ ਆਵਾਜ਼ਾਂ ਦਾ ਸਾਥ ਦਿਓ, ਉਹਨਾਂ ਆਵਾਜ਼ਾਂ ਦੇ ਨਾਲ ਖੜੋ ਔਰ ਉਹਨਾਂ ਦੀ ਆਵਾਜ਼ ਬਣੋ ਤੇ ਆਪਣੀਆਂ ਵੋਟਸ ਉਹ ਲੀਡਰ ਚੁਣੋ ਜਿਹੜੇ ਕਿ ਵਾਤਾਵਰਨ ਦੇ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਲੜ ਰਹੇ ਨੇ ਔਰ ਜੀਵਨ ਜਿਹੜਾ ਦੇਅਰ ਚੋਇਸਿਸ ਜਿਹੜੇ ਇਹ ਚੋਇਸਿਸ ਕੀ ਨੇ, ਜੀਵਨ ਨੂੰ ਆਪਾਂ ਕਿਸ ਤਰ੍ਹਾਂ ਦਾ ਅਮਲ ਕਰਨਾ ਹੈ, ਕਿਹੜੇ ਕਾਰਵਾਈ ਕਰਨੀ ਜਿਹਦੇ ਨਾਲ ਵਾਤਾਵਰਨ ਸੁਧਾਰ ਹੋ ਸਕੇ ਉਹਨਾਂ ਦੇ ਲਈ, ਟੂ ਫਾਈਟ ਫਾਰ ਦੇਅਰ ਫਿਊਚਰ। ਸਾਨੂੰ ਉਹ ਸਾਰੇ ਲੋਕ ਜਿਹੜੇ ਇਹ ਆਵਾਜ਼ ਉਠਾ ਰਹੇ ਨੇ ਤੇ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰ ਰਹੇ, ਉਹਨਾਂ ਦੇ ਨਾਲ ਰਲ ਕੇ ਚੱਲਣਾ ਹੋਏਗਾ ਤਾਂ ਕਿ ਅਸੀਂ ਆਪਣਾ ਫਿਊਚਰ, ਆਪਣੀ ਕਮਿਊਨਿਟੀ ਦਾ ਫਿਊਚਰ ਤੇ ਆਪਣੀ ਵਰਲਡ ਦਾ ਫਿਊਚਰ ਜਿਹੜਾ ਹੈ ਉਹ ਸੁਰੱਖਿਅਤ ਕਰ ਸਕੀਏ। ਸੋ ਤੁਸੀਂ ਆਪਣੇ ਲੈਵਲ ਤੇ ਆਪਣੀ ਆਵਾਜ਼, ਆਪਣੀ ਵੋਟ ਤੇ ਆਪਣੀ ਚੋਇਸ ਸਹੀ ਵਰਤਣੀ ਹੈ ਤੇ ਉਹ ਆਵਾਜ਼ ਨੂੰ ਉਹ ਜਿਹੜੇ ਪਾਲਿਸੀ ਮੇਕਰਸ ਹੈ ਉਹਨਾਂ ਤੱਕ ਪਹੁੰਚਾਉਣ ਦੇ ਲਈ ਸਪੀਕ ਚੁੱਪ ਚੁੱਪ ਪਾਵਰ ਔਰ ਇਸ ਤਰ੍ਹਾਂ ਕਹਿਣਾ ਅਸੀਂ ਉਹ ਗੱਲ ਨੂੰ ਪਹੁੰਚਾਉਣਾ ਹੈ ਜਿਵੇਂ ਸਾਡੀ ਪੂਰੀ ਦੁਨੀਆ ਇਸੇ ਗੱਲ ਤੇ ਨਿਰਭਰ ਕਰਦੀ ਹੈ, ਕਿਉਂ ਵਾਕਿਆ ਹੀ ਸਾਡੀ ਦੁਨੀਆ ਇਸੇ ਗੱਲ ਤੇ ਨਿਰਭਰ ਕਰਦੀ ਹੈ ਕਿ ਜੇ ਸਾਡਾ ਵਾਤਾਵਰਨ ਸਹੀ ਨਹੀਂ ਰਹਿੰਦਾ ਧਰਤੀ ਦਾ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਹੈ ਉਹਨਾਂ ਨੂੰ ਬਹੁਤ ਵੱਡੇ ਸੰਕਟ ਚੋਂ ਲੰਘਣਾ ਪਏਗਾ, ਸ਼ਾਇਦ ਉਹਨਾਂ ਦੀ ਸਰਵਾਈਵਲ ਵੀ ਸਟੇਕ ਹੋਵੇ। ਸੋ ਸਪੀਕ ਟਰੁੱਥ ਟੂ ਪਾਵਰ ਲਾਈਕ ਯੂ, ਯੂਅਰ ਵਰਡ ਡਿਪੈਂਡਸ ਔਨ ਇਟ। ਯੈਸ, ਯੂਅਰ ਵਰਡ ਡਿਪੈਂਡਸ ਅਪੋਨ ਇਟ, ਦਿਸ ਇਜ਼ ਅਵਰ ਵਰਡ ਐਂਡ ਇਟ ਡਿਪੈਂਡਸ ਅਪੋਨ ਅਵਰ ਵਟ ਐਵਰ ਦਾ ਸਟੈਪ ਵੀ ਟੇਕ। ਜੇ ਚੰਗੇ ਪਾਸੇ ਨੂੰ ਲਾਂਗੇ ਤਾਂ ਇਹਦੀ ਸਰਵਾਈਵਲ ਹੈ, ਸਾਡੀ ਸਭ ਦੀ ਸਰਵਾਈਵਲ ਹੈ। ਜੇ ਅਸੀਂ ਲਗਾਤਾਰ ਪੁਰਾਣੇ ਢੰਗ ਨਾਲ ਜੀਵਨ ਜਿਉਂਦੇ ਰਹੇ ਤਾਂ ਆਉਣ ਵਾਲੇ ਸਮਿਆਂ 'ਚ ਧਰਤੀ ਉੱਤੇ ਜੀਵਨ ਨਸ਼ਟ ਹੋ ਜਾਏਗਾ। ਸੋ ਐਲ ਗੌਰ ਨੇ ਕਲਾਈਮੇਟ ਰਿਐਲਿਟੀ ਫਾਊਂਡੇਸ਼ਨ ਦੇ ਫਾਊਂਡਰ ਅਤੇ ਉਹਨਾਂ ਦੇ ਪ੍ਰੈਜੈਂਟ ਚੇਅਰਮੈਨ, ਉਹਨਾਂ ਦਾ ਕਹਿਣਾ ਹੈ ਦੀ ਰਿਐਲਿਟੀ ਵੀ ਨੋ ਫੇਸ ਇੰਪਲੋਰਸ ਅਸ ਟੂ ਐਕਸ। ਅੱਜ ਜੋ ਸਾਡੇ ਸਾਹਮਣੇ ਵਾਸਤਵਿਕਤਾ ਹੈ, ਜੋ ਅਸਲੀਅਤ ਹੈ, ਉਹ ਸਾਨੂੰ ਕੁਛ ਨਾ ਕੁਛ ਕਰਨ ਦੇ ਲਈ ਮਜਬੂਰ ਕਰਦੀ ਹੈ ਔਰ ਸਾਨੂੰ ਕਰਨਾ ਚਾਹੀਦਾ ਹੈ ਔਰ ਥਿੰਕ ਗਲੋਬਲੀ ਐਕਟ ਲੋਕਲੀ। ਸਾਨੂੰ ਪੂਰੇ ਧਰਤੀ ਦੇ ਬਾਰੇ ਸੋਚਦੇ ਹੋਏ ਆਪਣੇ ਲੋਕਲ ਲੈਵਲ ਦੇ ਉੱਤੇ, ਸਥਾਨਕ ਸਤਰ ਦੇ ਉੱਤੇ ਅਜਿਹੇ ਕਾਰਜ ਕਰਨੇ ਚਾਹੀਦੇ ਹੈ ਤਾਂ ਕਿ ਪੂਰੀ ਧਰਤੀ ਦਾ ਵਾਤਾਵਰਨ ਜਿਹੜਾ ਸਹੀ ਹੋ ਸਕੇ। ਔਰ ਲਾਸਟ ਸਲਾਈਡ, ਇਹ ਲੋਕਾਂ ਦੇ ਮਨ 'ਚ ਹੋ ਸਕਦਾ ਕਿ ਅਸੀਂ ਕੀ ਕਰ ਸਕਦੇ ਹਾਂ, ਅਸੀਂ ਲੋਕਲ ਲੈਵਲ 'ਤੇ ਕੀ ਕਰ ਸਕਦੇ ਹਾਂ, ਬਹੁਤ ਸਾਰੇ ਸਾਥੀ ਇਹ ਸੋਚਦੇ ਹੋਣਗੇ। ਉਹਨਾਂ ਦੇ ਲਈ ਇਹ ਲਾਸਟ ਸਲਾਈਡ ਹੈ ਕਿ ਇਹ 6 ਆਰਟਸ ਨੇ ਸਸਟੇਨੇਬਿਲਿਟੀ ਦੀਆਂ, ਸਾਡੇ ਜੀਵਨ ਦੀਆਂ, ਕਿਸ ਢੰਗ ਦੇ ਨਾਲ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ। ਪਹਿਲਾ ਹੈ ਰਿਫਿਊਜ਼ ਜਾਂ ਸੇ ਟੂ ਥਿੰਗਸ ਯੂ ਡੋਂਟ ਨੀਡ। ਅਸੀਂ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਦੇ ਰਹਿੰਦੇ ਹਾਂ ਜਿਹਨਾਂ ਦੀ ਕਈ ਵਾਰੀ ਯੂਜ਼ ਵੀ ਨਹੀਂ ਹੁੰਦੀ। So try to live life in a simple way, repair. ਉਹ ਚੀਜ਼ਾਂ ਜਿਹੜੀਆਂ ਤੁਸੀਂ ਰਿਪੇਅਰ ਕਰਕੇ ਵਰਤ ਸਕਦੇ ਹੋ ਉਹਨਾਂ ਨੂੰ ਵਰਤੋਂ, ਨਵੀਂ ਖਰੀਦਣ ਦੀ ਬਜਾਏ ਰੀਸਾਈਕਲ। ਜੇ ਜਿਹੜੀਆਂ ਕੋਈ ਚੀਜ਼ਾਂ ਤੁਸੀਂ ਤੁਹਾਡੇ ਕੰਮ ਨਹੀਂ ਆ ਰਹੀਆਂ ਕਿਸੇ ਹੋਰ 'ਤੇ ਆ ਸਕਦੀਆਂ ਉਹਨਾਂ ਨੂੰ ਦੇ ਦਿਓ। ਰੋਟ ਜਿਹੜਾ ਵੇਸਟੇਜ ਹੈ ਘਰ ਦੇ ਵਿੱਚ ਉਹਨੂੰ ਕੰਪੋਸਟਿੰਗ ਦੇ ਲਈ ਵਰਤ ਸਕਦੇ ਹਾਂ। ਰਿਫਿਊਜ਼, ਬਹੁਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੁਬਾਰਾ ਯੂਜ਼ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਰਿਡਿਊਸ ਵੇਸਟ, ਵੇਸਟ ਦਾ ਰਿਡਿਊਸ ਕਰਨਾ ਚਾਹੀਦਾ। ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਇਨਵੈਸਟ ਕਰਨ ਦੀ ਲੋੜ ਹੈ ਜਿਹੜੀਆਂ ਗੁੱਡ ਕੁਆਲਿਟੀ ਦੀਆਂ ਹੋਣ ਅਤੇ ਦੇਰ ਤੱਕ ਚੱਲਣ। ਸੋ ਇਹ 6 ਆਰਸ ਆਫ ਸਸਟੇਨੇਬਿਲਿਟੀ ਕੈਨ ਬੀ ਅਵਰ ਮੋਟਰ ਇਨ ਲਾਈਫ, ਵੇਅਰ ਵੀ ਕੈਨ ਕੰਟਰੀਬਿਊਟ ਐਟ ਅਵਰ ਲੈਵਲ, ਸਾਡੇ ਲੈਵਲ ਦੇ ਉੱਤੇ, ਆਪਣੇ ਲੋਕਲ ਲੈਵਲ ਦੇ ਉੱਤੇ ਅਸੀਂ ਵਾਤਾਵਰਨ ਨੂੰ ਸਹੀ ਰੱਖਣ 'ਚ ਆਪਣਾ ਯੋਗਦਾਨ ਪਾ ਸਕਦੇ ਹਾਂ। ਔਰ ਇੰਨੀਆਂ ਹੀ ਗੱਲਾਂ ਦੇ ਨਾਲ ਮੈਂ ਸ਼ਾਇਦ ਤੁਹਾਡਾ ਕਾਫੀ ਟਾਈਮ ਲਿਆ। ਥੈਂਕ ਯੂ ਵੈਰੀ ਮੱਚ, ਐਂਡ ਇਫ ਸਮਬਡੀ ਹੈਜ਼ ਅ ਕੁਐਸਚਨ ਯੂ ਆਰ ਮੋਸਟ ਵੈਲਕਮ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡੀ ਪ੍ਰੈਜੈਂਟੇਸ਼ਨ ਦਾ। ਹਾਂਜੀ ਸੇਖੋਂ ਸਾਹਿਬ, ਤੁਹਾਡਾ ਕੋਈ ਸਵਾਲ ਸੀਗਾ ਜੀ? ਤੁਸੀਂ ਅਨਮਿਊਟ ਕਰ ਲਓ ਜੀ। ਡਾਕਟਰ ਸਾਹਿਬ, ਪਹਿਲੀ ਗੱਲ ਤੇ ਕਿ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ, ਯੂ ਹੈਵ ਮੇਡ ਅ ਗ੍ਰੇਟ ਪ੍ਰੈਜੈਂਟੇਸ਼ਨ। ਸਾਡੀਆਂ ਅੱਖਾਂ ਖੋਲੀਆਂ ਨੇ ਇਨਵਾਇਰਮੈਂਟ ਦੇ ਬਾਰੇ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ। ਉਹਦੇ ਵਾਸਤੇ ਤੁਹਾਨੂੰ ਮੈਂ ਦਿਲੋਂ ਸਾਰਿਆਂ ਵੱਲੋਂ ਹੀ ਤੁਹਾਡਾ ਧੰਨਵਾਦੀ ਹੈ, ਤੁਸੀਂ ਬਹੁਤ ਵਧੀਆ ਕੀਤਾ। ਮੈਂ ਸਿਰਫ ਇੱਕ ਨਿੱਕਾ ਸਵਾਲ ਪੁੱਛਣਾ ਹੈ ਕਿ ਜਿਹੜੀ ਹੁਣ ਤੱਕ ਵਿੰਡ ਅਤੇ ਸੋਲਰ ਐਨਰਜੀ ਨੂੰ ਅਸੀਂ ਟਰੈਪ ਕੀਤਾ ਆ,
ਉਹ ਸਾਡੀ ਟੋਟਲ ਕੰਜ਼ੰਪਸ਼ਨ ਦਾ ਕਿੰਨਾ ਹਿੱਸਾ ਆਇਆ ਹੁਣ ਤੱਕ ਜੋ ਵੀ ਅਪ ਟੂ 2020 ਵਟਐਵਰ ਵੀ ਹੈਵ ਅਚੀਵਡ ਇਨ ਟਰਮਸ ਆਫ ਵਿੰਡ ਐਂਡ ਸੋਲਰ ਐਨਰਜੀ ਇਹ ਸਾਡੀ ਟੋਟਲ ਜਿਹੜੀ ਦੁਨੀਆ ਦੀ ਕੰਜ਼ੰਪਸ਼ਨ ਦਾ ਕਿੰਨਾ ਹਿੱਸਾ ਹੈ ਇਹ ਟੋਟਲ ਤਾਂ ਬੇਸ਼ੱਕ ਇਹ ਹਾਲੇ 20% ਤੋਂ ਘੱਟ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਨੋਵੇਸ਼ਨ ਜਿੱਧਰ ਨੂੰ ਚੱਲ ਰਹੀ ਹੈ ਜਿੱਧਰ ਨੂੰ ਇਹ ਸਾਡੀ ਖੋਜ ਚੱਲ ਰਹੀ ਹੈ ਉਸ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ 'ਚ ਅਸੀਂ ਕਾਫੀ ਹੱਦ ਤਾਈਂ ਜਿਹੜੀ ਫੋਸਲ ਫਿਊਲ ਤੋਂ ਪੈਦਾ ਹੋ ਰਹੀ ਊਰਜਾ ਹੈ ਉਸ ਨੂੰ ਰਿਪਲੇਸ ਕਰਨ 'ਚ ਸਫਲ ਹੋ ਸਕਾਂਗੇ ਠੀਕ ਹੈ ਠੀਕ ਹੈ ਥੈਂਕ ਯੂ ਵੈਰੀ ਮੱਚ ਜੀ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਮੈਂ ਜਸਟ ਇਹਨਾਂ ਕਹਾਂਗਾ ਕਿ ਮਤਲਬ ਕੁਛ ਮਈਰਮੈਂਟਸ ਕਿ ਸਾਨੂੰ ਅੱਗੇ 3R ਦਾ ਪਤਾ ਸੀ ਮੋਸਟਲੀ ਲੋਕਾਂ ਨੂੰ ਜਿਹੜਾ ਸੀ ਕਿ ਰਿਡਿਊਸ ਰੀਸਾਈਕਲ ਐਂਡ ਰੀਯੂਜ ਇਹਨਾਂ ਨੇ 3 ਹੋਰ ਐਡ ਕੀਤੇ ਆ ਰੋਟ ਰਿਪੇਅਰ ਐਂਡ ਰਿਫਿਊਜ So that's, I think, 50% increase is a big achievement. Inna bag bahut bahut hi vadhiya kita. Te dusri cheez main just mention karni hai ke jivein inna ne kya ke atmosphere is about 50 kilometer. Ode vich ek addition might be useful aam lokan vaste ke jehdi ede atmosphere 50 kilometer hai lekin jehdi soil hai it's less than a foot. ਜੀਤੇ ਤੇ ਸਾਡੀ ਸਾਰੀ ਲਾਈਫ ਡਿਪੈਂਡ ਕਰਦੀ ਆ ਦੀ ਹੋਲ ਪਲੈਨਟ ਸੋ ਕਿਉਂਕਿ ਮੈਂ ਸਾਇਲ ਦਾ ਵੀ ਮੇਰੀ ਬੈਕਗਰਾਊਂਡ ਆ ਅਤੇ ਮੈਂ ਹੱਸ ਇਹ ਵੀ ਕਹਿ ਸਕਦਾ ਕਿ ਜਦੋਂ ਫਿਜ਼ਿਕਸ ਨੂੰ ਲੈ ਕੇ ਮਿੱਟੀ 'ਚ ਮਿਲਾ ਦਿਓ ਅਤੇ ਉਹ ਸਾਇਲ ਫਿਜ਼ਿਕਸ ਬਣ ਜਾਂਦੀ ਆ ਉਹ ਮੇਰੀ ਸਪੈਸ਼ਲਾਈਜੇਸ਼ਨ ਆ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਵੈਰੀ ਮੱਚ ਹਾਂਜੀ ਹੋਰ ਕਿਸੇ ਦਾ ਕੋਈ ਸਵਾਲ ਜੀ ਬਹੁਤ ਅੱਛਾ ਬੋਲੇ ਨੇ ਔਰ ਬੜੀ ਅੱਛੀਆਂ ਗੱਲਾਂ ਫੈਕਟਸ ਐਂਡ ਫਿਗਰਸ ਸਾਇੰਟੀਫਿਕ ਇਕੱਠੀਆਂ ਕੀਤੀਆਂ ਬੜਾ ਅੱਛੀ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ ਆਈ ਐਪਰੀਸ਼ੀਏਟ ਤੇ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਇਹਨਾਂ ਦਾ ਹੀ ਜੜ ਜਿਹੜੀ ਹੈ ਉਹ ਗੁਰਬਾਣੀ ਦੇ ਵਿੱਚ ਉਸਨੂੰ ਪਕੜਿਆ ਗਿਆ ਹੈ ਗੁਰਬਾਣੀ 'ਚ ਦੱਸਿਆ ਗਿਆ ਵੀ ਇਹ ਪ੍ਰੋਬਲਮਸ ਕਿਉਂ ਕ੍ਰੀਏਟ ਹੋਈਆਂ ਨੇ ਇਹ ਹਨ ਉਹਨਾਂ ਦੇ ਸੋਲਿਊਸ਼ਨ ਅਸੀਂ ਗੱਲ ਸੋਲਿਊਸ਼ਨ ਦੀ ਕਰ ਰਹੇ ਸੀ ਇਹ ਡੀ ਪੀ ਸਿੰਘ ਦੀ ਸੋਲਿਊਸ਼ਨ ਦੀ ਗੱਲ ਕਰ ਰਹੇ ਸੀ ਕਿ ਦੁਨੀਆਂ 'ਚ ਕੀ ਹੋ ਰਿਹਾ ਸਿਰਫ ਇਹ ਨਹੀਂ ਗੱਲ ਕਰਨਾ ਚਾਹੁੰਦਾ ਗੁਰਬਾਣੀ ਵਿੱਚ ਇਸ ਬਾਰੇ ਕੀ ਕਿਹਾ ਗਿਆ ਸਾਡਾ ਇੱਥੇ ਜ਼ਿਆਦਾ ਸੰਗਤ ਦੇ ਨਾਲ ਜਿਹੜਾ ਮੇਰਾ ਸੰਪਰਕ ਹੈ ਉਹ ਗੁਰਬਾਣੀ ਦੇ ਪੱਖੋਂ ਹੋਏਗਾ ਉਹ ਇਹ ਹੈ ਕਿ ਦੇਖੋ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ ਗੱਲ ਕਿ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀਏ ਜਹਾਨ ਉਹ ਕੁਦਰਤ ਦੀ ਗੱਲ ਸ਼ੁਰੂ ਕਰਦੇ ਨੇ ਜੇ ਅਸੀਂ ਕਦੇ ਕੁਦਰਤ ਨੂੰ ਸਮਝਿਆ ਹੁੰਦਾ ਔਰ ਉਹਦੀ ਪ੍ਰੋਟੈਕਸ਼ਨ ਕੀਤੀ ਹੁੰਦੀ ਤਾਂ ਸ਼ਾਇਦ ਇਹਨਾਂ 'ਚੋਂ ਕੋਈ ਵੀ ਪ੍ਰੋਬਲਮ ਕ੍ਰੀਏਟ ਨਹੀਂ ਸੀ ਹੋਣੀ ਹੁਣ ਤੁਸੀਂ ਇਹ ਦੇਖੋ ਕਿ ਗੁਰੂ ਸਾਹਿਬ ਜਿੱਥੇ ਜਿੱਥੇ ਵੀ ਗਏ ਨੇ ਆਪਣੀ ਯਾਤਰਾਵਾਂ ਦੇ ਵਿੱਚ ਬੱਸਾਂ 'ਚ ਉਹ ਕਿਸੇ ਪੈਲਸ ਜਾਂ ਕਿਸੇ ਦੇ ਘਰ ਅਮੀਰ ਆਦਮੀ ਦੇ ਜਾ ਕੇ ਨਹੀਂ ਰਹੇ ਜਾਂ ਤਾਂ ਕਿਸੇ ਬਹੁਤ ਗਰੀਬ ਆਦਮੀ ਦੇ ਅਤੇ ਜਾਂ ਫਿਰ ਉਹ ਯਾਨੀ ਦਰਖਤਾਂ ਬਾਗਾਂ ਫੁੱਲਾਂ ਦਰਿਆਵਾਂ ਪੰਛੀਆਂ ਦੇ ਲਾਗੇ ਰਹੇ ਨੇ ਕੁਦਰਤ ਦੇ ਲਾਗੇ ਖੁਦ ਰਹੇ ਨੇ ਔਰ ਉਹਨਾਂ ਨੇ ਕੁਦਰਤ ਨੂੰ ਪਿਆਰ ਕਰਨਾ ਉਹਨੂੰ ਸੰਭਾਲਣ ਦੀ ਉਹਨਾਂ ਨੇ ਵਾਰ ਵਾਰ ਕਈ ਜਗ੍ਹਾ 'ਤੇ ਸਾਨੂੰ ਯਾਨੀ ਗੱਲ ਕਹੀ ਹੈ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਇਹ ਵੀ ਕਿਹਾ ਗਿਆ ਬੜੀ ਜਗ੍ਹਾ 'ਤੇ ਕਿ ਪਰਮਾਤਮਾ ਜਿਹੜਾ ਹੈ ਉਹ ਆਪਣੇ ਆਪ ਨੂੰ ਦਰਖਤਾਂ ਔਰ ਵੈਜੀਟੇਸ਼ਨ ਪਾਣੀ ਔਰ ਹਵਾ ਦੇ ਵਿੱਚ ਪ੍ਰਗਟ ਕਰਦਾ ਹੈ ਉਸ ਦੇ ਵਿੱਚ ਉਹ ਮੈਨੀਫੈਸਟ ਕਰਦਾ ਗੋਡ ਮੈਨੀਫੈਸਟ ਹਿਮਸੈਲਫ ਇਨ ਨੇਚਰ ਉਸ ਨੇਚਰ ਦੇ ਵਿੱਚ ਹਵਾ ਵੀ ਹੈ ਪਾਣੀ ਵੀ ਹੈ
ਦਰਖਤ ਵੀ ਹੈ, ਫੁੱਲ ਵੀ ਹੈ, ਫਲ ਵੀ ਹੈ, ਪੰਛੀ ਸਭ ਕੁਛ। ਔਰ ਜੇ ਅਸੀਂ ਪਰਮਾਤਮਾ ਦਾ, ਗੁਰੂ ਦਾ ਸਾਨੂੰ ਕੋਈ ਰਿਗਾਰਡ ਹੈ ਜਾਂ ਸਤਿਕਾਰ ਅਸੀਂ ਆਪਣੇ ਮਨ 'ਚ ਕਰਦੇ ਹਾਂ, ਤਾਂ ਫਿਰ ਸਾਨੂੰ ਨੇਚਰ ਨੂੰ ਪ੍ਰੋਟੈਕਟ ਕਰਨਾ ਸਾਡੇ ਲਈ ਸਭ ਤੋਂ ਪਹਿਲੀ ਡਿਊਟੀ ਹੈ। ਇਸੇ ਤਰ੍ਹਾਂ ਇੱਕ ਜਗ੍ਹਾ 'ਤੇ ਇਹ ਵੀ ਆਇਆ ਸੀ ਕਿ ਚਾਰ ਜਿਹੜੀਆਂ ਵੱਡੀਆਂ ਨਿਆਮਤਾਂ ਨੇ, ਬਾਉਂਟੀਜ਼ ਨੇ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕਿਤੇ ਕਿਹਾ ਗਿਆ ਵੀ ਇੱਕ ਮਿਥੀਕਲ ਯਾਨੀ ਕਾਮਧੇਨੂ ਹੈ, ਇੱਕ ਹੋਰ ਚੀਜ਼ਾਂ ਨੇ, ਅੱਠ ਰਿੱਧੀਆਂ ਸਿੱਧੀਆਂ ਵਗੈਰਾ ਦੀ ਗੱਲ ਹੁੰਦੀ ਹੈ। ਉੱਥੇ ਗੁਰੂ ਸਾਹਿਬ ਨੇ ਇੱਕ ਬਾਣੀ 'ਚ, ਇੱਕ ਸ਼ਲੋਕ 'ਚ ਕਿਤੇ ਇਹ ਵੀ ਕਿਹਾ ਕਿ ਜਿਹੜੇ ਇਹ ਪੇੜ ਪੌਦੇ ਔਰ ਹਵਾ ਔਰ ਪਾਣੀ ਹੈ, ਇਹ ਵੀ ਇੱਕ ਕੁਦਰਤ ਦੀ ਬੜੀ ਵੱਡੀ ਦੇਣ ਹੈ ਜਿਸ ਨੂੰ ਕਿ ਸੰਭਾਲਣ ਦੀ ਲੋੜ ਹੈ। ਅਗਰ ਇਹ ਸੰਭਾਲਿਆ ਗਿਆ ਹੁੰਦਾ ਤਾਂ ਇਹ ਸਾਰੀਆਂ ਗੱਲਾਂ ਹੋਣੀਆਂ ਹੀ ਨਹੀਂ ਸੀ। ਫਿਰ ਤੁਸੀਂ ਦੇਖੋ ਕਿ ਸਿੱਖ ਧਰਮ ਵਿੱਚ ਜਗ੍ਹਾ ਜਗ੍ਹਾ ਦਰਖਤ ਜਿਹੜੇ ਨੇ ਉਹ ਸਾਡੇ ਜ਼ਿੰਦਗੀ ਦਾ ਇੱਕ ਬੜਾ ਵੱਡਾ ਹਿੱਸਾ ਬਣ ਚੁੱਕੇ ਨੇ ਸਿੱਖੀ ਦਾ। ਬੇਰ ਦੇ ਦਰਖਤ ਜਗ੍ਹਾ ਜਗ੍ਹਾ ਲੱਗੇ ਨੇ, ਜੰਡ ਦੇ ਹੈਗੇ ਨੇ, ਗੁਰਦੁਆਰੇ ਉੱਥੇ ਬਣੇ ਨੇ, ਨਿੰਮ ਦੇ ਦਰਖਤ ਨੇ, ਰੀਠਾ ਸਾਹਿਬ ਹੈ, ਇਸੇ ਤਰ੍ਹਾਂ ਹੋਰ ਨੇ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ ਕਿ ਜਿੱਥੇ ਕਿ ਤੁਸੀਂ ਦੇਖੋ ਹੁਣ ਜਿਸ ਤਰ੍ਹਾਂ ਦਰਬਾਰ ਸਾਹਿਬ ਹੀ ਜਾਓ ਤਾਂ ਦੁੱਖ ਭੰਜਨੀ ਬੇਰੀ ਹੈ ਉੱਥੇ, ਲਾਚੀ ਬੇਰੀ ਹੈ, ਗੋਬਿੰਦਗੜ੍ਹ ਕਿਲ੍ਹਾ ਜਿਹੜਾ ਉਸਦੇ ਵਿੱਚ ਇੱਕ ਬੇਰੀ ਹੈ ਲੋਹਗੜ੍ਹ ਦੇ ਵਿੱਚ। ਸੋ ਇਹ ਇੱਕ ਸਿੱਖੀ ਦਾ ਇੱਕ ਇਨਸੈਪਰੇਬਲ ਪਾਰਟ ਹੈ। ਪਿਪਲੀ ਸਾਹਿਬ ਹੈ ਜਿਸ ਤਰ੍ਹਾਂ ਅੰਮ੍ਰਿਤਸਰ 'ਚ ਗੁਰਦੁਆਰਾ, ਉੱਥੇ ਪਿੱਪਲ ਦੇ ਦਰਖਤ ਨੂੰ ਲੱਗਣ ਕਰਕੇ। ਸੁਲਤਾਨਪੁਰ ਲੋਧੀ ਜਾਓ, ਅਚਲ ਸਾਹਿਬ ਬਟਾਲੇ ਜਾਓ, ਜਾਂ ਗੁਰਦਾਸਪੁਰ, ਤੁਸੀਂ ਜਿੱਥੇ ਜਿੰਨਾ ਜਗ੍ਹਾ 'ਤੇ ਸਿਹਤ ਗੋਸ਼ਟ ਹੋਈ ਜਾਂ ਕੋਈ ਮੋਦੀਖਾਨਾ ਸੀ ਜਾਂ ਕੁਛ ਵੀ, ਉੱਥੇ ਵੀ ਤੁਸੀਂ ਦੇਖੋ ਕਿ ਬੇਰ ਔਰ ਹੋਰ ਦਰਖਤਾਂ ਦੇ ਨਾਲ ਗੁਰਦੁਆਰਿਆਂ ਦੇ ਨਾਂ ਨੇ। ਔਰ ਇਸੇ ਤਰ੍ਹਾਂ ਜਗ੍ਹਾ ਜਗ੍ਹਾ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਹੈ, ਚਾਹੇ ਫਰੀਦ ਜੀ ਨੇ ਜਾਂ ਗੁਰੂ ਸਾਹਿਬ ਨੇ, ਉਹਨਾਂ ਨੇ ਕਿੱਕਰ ਦੀ ਗੱਲ ਕੀਤੀ ਹੈ, ਉਹਨਾਂ ਨੇ ਹੋਰ ਇਸ ਕਿਸਮ ਦੇ ਅੰਬ ਦੇ ਦਰਖਤ ਔਰ ਕੋਇਲ ਦੀ ਗੱਲ ਕੀਤੀ ਹੈ, ਲਸੂੜੀ ਦੀ ਗੱਲ ਕੀਤੀ ਹੈ, ਨਿੰਮ ਦੀ ਗੱਲ ਕੀਤੀ ਜਗ੍ਹਾ ਜਗ੍ਹਾ, ਅੱਕ ਤੇ ਧੂਰੇ ਦੀ ਵੀ ਗੱਲ ਕੀਤੀ ਹੈ, ਭਾਵੇਂ ਅਸੀਂ ਸਮਝਦੇ ਹਾਂ ਬੇਕਾਰ ਚੀਜ਼ ਸਮਝਦੇ ਹਾਂ, ਪਰ ਉਹਦਾ ਵੀ ਇੱਕ ਯੂਜ਼ ਕਿਤੇ ਹੈ, ਉਹਦਾ ਵੀ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ। ਕਨੇਰ ਦੇ ਦਰਖਤ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਬੜੀ ਜਗ੍ਹਾ 'ਤੇ। ਸੋ ਇਹ ਸਾਰੀਆਂ ਗੱਲਾਂ ਮੈਂ ਇਸ ਲਈ ਦੱਸ ਰਿਹਾ ਕਿ ਚਾਹੇ ਉਹ ਸਾਡੇ ਰੋਜ਼ ਦੀ ਵਰਤੋਂ 'ਚ ਉਹ ਚੀਜ਼ਾਂ, ਇਹ ਦਰਖਤ ਜਾਂ ਪੰਛੀ ਜਾਂ ਫੁੱਲ ਨਹੀਂ ਆਉਂਦੇ, ਵਾਣ ਹੈ ਜਾਂ ਕੁਛ ਵੀ ਹੈ, ਜਾਂ ਸਿੰਬਲ ਰੁੱਖ ਸਰਾਇਰਾ, ਸਿੰਬਲ ਦਾ ਜਿਹੜਾ ਸਿਲਕ ਕਾਟਨ ਦਾ ਟ੍ਰੀ ਹੈ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ। ਸੋ ਗੱਲ ਇਹ ਹੈ ਕਿ ਇਹ ਚਾਹੇ ਬਾਂਸ ਹੈ, ਚੰਦਨ ਹੈ, ਗੁਰੂ ਸਾਹਿਬ ਨੇ ਬਾਰ ਬਾਰ ਬਾਣੀ ਦੇ ਵਿੱਚ ਇਹਨਾਂ ਦੀਆਂ ਗੁਣਾਂ ਬਾਰੇ ਦੱਸਿਆ, ਉਹਨਾਂ ਨੂੰ ਪ੍ਰੋਟੈਕਟ ਕਰਨ ਬਾਰੇ ਦੱਸਿਆ, ਬੋਰਡ ਬਾਰੇ ਗੱਲ ਕੀਤੀ। ਔਰ ਇਹ ਸਾਰੀਆਂ ਇਤਿਹਾਸਕ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਜੀਵਨ ਦਾ ਇੱਕ ਹਿੱਸਾ ਹੁਣ ਇਸ ਵੇਲੇ ਬਣ ਚੁੱਕੀਆਂ ਨੇ। ਔਰ ਅਗਰ ਇਹਨਾਂ ਚੀਜ਼ਾਂ ਨੂੰ ਸੱਚਮੁੱਚ ਕਿਧਰੇ ਅਸੀਂ ਸਿੱਖੀ ਅਸੂਲਾਂ ਦੇ ਮੁਤਾਬਕ ਅਸੀਂ ਪ੍ਰੋਟੈਕਟ ਕੀਤਾ ਹੁੰਦਾ ਤਾਂ ਸ਼ਾਇਦ ਦੁਨੀਆ ਦੀ ਇਹ ਦੁਰਦਸ਼ਾ ਜੋ ਹੋ ਰਹੀ ਹੈ ਔਰ ਜਿਹਨੂੰ ਸੰਭਾਲਣ ਲਈ ਹੁਣ ਇੰਨੇ ਯਤਨ ਹੋ ਰਹੇ ਨੇ, ਉਸ ਦੀ ਨੌਬਤ ਹੀ ਨਾ ਆਉਂਦੀ। ਤੁਸੀਂ ਦੇਖੋ ਇਹ ਤਾਂ ਗੁਰੂ ਸਾਹਿਬ ਨੇ ਸ਼ੁਰੂ ਕਿਹਾ ਕਿ ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਫਿਰ ਇੱਕ ਜਗ੍ਹਾ ਅੱਗੇ ਇਹ ਵੀ ਕਹਿੰਦੇ ਨੇ ਵਿੱਚ ਕੁਦਰਤ ਹਰ ਪ੍ਰਭ ਵਸੇ ਜੀਓ, ਪਰਮਾਤਮਾ ਕੁਦਰਤ ਦੇ ਵਿੱਚ ਵਸ ਰਿਹਾ। ਫਿਰ ਤੁਸੀਂ ਦੇਖੋ ਵੀ ਭਾਈ ਨੰਦ ਲਾਲ ਜੀ ਨੇ ਆਪਣੀ ਵਾਰਾਂ 'ਚ ਇੱਕ ਜਗ੍ਹਾ ਲਿਖਿਆ ਕਿ ਵਿੱਚ ਕੁਦਰਤ ਖੁਦ ਕਾਦਰ ਅਸਤ। ਉਹ ਚੂੰਕਿ ਪਰਸ਼ੀਅਨ ਦੇ ਵਿੱਚ ਲਿਖਦੇ ਸਨ, ਸੋ ਉਹਨਾਂ ਨੇ ਕਾਦਰ ਪਰਮਾਤਮਾ ਦੀ ਬਾਰੇ ਲਿਖਿਆ ਕਿ ਖੁਦ ਪਰਮਾਤਮਾ ਜਿਹੜਾ ਹੈ ਉਹ ਕੁਦਰਤ ਵਿੱਚ ਵਸ ਰਿਹਾ। ਔਰ ਹੋਰ ਤਾਂ ਹੋਰ ਦੇਖੋ, ਈਵਨ ਦਸਮ ਗ੍ਰੰਥ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖ ਰਹੇ ਨੇ, ਧਰਨ ਪਵਨ ਆਕਾਸ਼ ਕੁਦਰਤ ਸਰੂਪਾ। ਇਹ ਧਰਤੀ, ਇਹ ਹਵਾ, ਇਹ ਆਕਾਸ਼, ਇਹ ਸਭ ਕੁਛ ਜੋ ਹੈ ਇਹ ਕੁਦਰਤ ਦੇ ਜਿਹੜੇ ਰੂਪ ਨੇ, ਇਹ ਖੁਦ ਪਰਮਾਤਮਾ ਦੇ ਰੂਪ ਨੇ। ਕਿਧਰੇ ਇਸ ਗੱਲ ਨੂੰ ਸਮਝਿਆ ਹੁੰਦਾ ਅਸੀਂ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ।
ਸੋ ਆਈ ਐਪਰੀਸ਼ੀਏਟ ਦੀ ਸਾਇੰਟੀਫਿਕ ਆਸਪੈਕਟ ਪਰ ਮੈਂ ਨਾਲ ਇਸ ਦੇ ਵਿੱਚ ਗੁਰਬਾਣੀ ਵਾਲਾ ਪੱਖ ਵੀ ਤੁਹਾਡੇ ਦ੍ਰਿਸ਼ਟੀਗੋਚਰ ਕਰਨਾ ਚਾਹੁੰਦਾ ਸੀ ਕਿ ਸਿੱਖ ਧਰਮ ਦੇ ਵਿੱਚ ਕੁਦਰਤ ਨੂੰ ਪੰਛੀਆਂ ਨੂੰ ਪੇੜਾਂ ਨੂੰ ਬਾਗਾਂ ਨੂੰ ਜੰਗਲਾਂ ਨੂੰ ਹਵਾ ਨੂੰ ਪਾਣੀ ਨੂੰ ਕਿੰਨੀ ਮਹੱਤਤਾ ਦਿੱਤੀ ਗਈ ਹੈ। ਅੱਜ ਪਾਣੀ ਦੀ ਪੋਲਿਊਸ਼ਨ ਦੀ ਗੱਲ ਹੋ ਰਹੀ ਹੈ, ਜਗ੍ਹਾ ਜਗ੍ਹਾ 'ਤੇ ਹਵਾ ਦੀ ਪੋਲਿਊਸ਼ਨ ਦੀ ਗੱਲ ਹੋ ਰਹੀ ਹੈ, ਠੀਕ ਹੈ, ਹੋਣੀ ਚਾਹੀਦੀ ਹੈ ਔਰ ਉਹਦਾ ਸੁਧਾਰ ਵੀ ਹੋਣਾ ਚਾਹੀਦਾ, ਸਭ ਗੱਲਾਂ ਐਗਰੀਡ। ਪਰ ਦੇਖੋ ਅਸੀਂ ਪਵਨ ਗੁਰੂ ਪਾਣੀ ਪਿਤਾ ਔਰ ਮਾਤਾ ਧਰਤ ਮਹਤ, ਇਹ ਸਾਡੇ ਜ਼ਿੰਦਗੀ ਦਾ ਗਾਈਡਿੰਗ ਪ੍ਰਿੰਸੀਪਲ ਜਿਹੜੇ ਨੇ, ਇਹ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਦਿੱਤੇ ਨੇ। ਸੋ ਮੈਂ ਇਸ ਗੱਲ ਦੇ ਵੱਲ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰੀ ਬੇਨਤੀ ਹੈ ਜੀ, ਆਪਣਾ ਰਾਜਾ ਬਲਰਾਜ ਸਿੰਘ ਜੀ ਨੂੰ ਉਹ ਵੀ ਕੁਛ ਕਹਿਣਾ ਚਾਹੁੰਦੇ ਸੀ। ਉਸ ਤੋਂ ਪਹਿਲੇ ਨਾ ਬੱਚੇ ਕੁਛ ਕਹਿਣਾ ਚਾਹੁੰਦੇ ਸੀਗੇ ਜੀ, ਬੱਚੇ ਜੋਇਨਡ ਦੀ ਪ੍ਰੈਜੈਂਟੇਸ਼ਨ ਤੇ ਸਬੀਨਾ ਵੈਰੀ ਮੱਚ ਇੰਜੋਏਡ ਇਟ ਤੇ ਸਬੀਨਾ ਹੈ ਵਾਂਟਡ ਟੂ ਆਸਕ ਸਮਥਿੰਗ। ਸਬੀਨਾ ਯੂ ਵਾਂਟ ਟੂ ਗੋ ਅਹੈਡ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਨਫੋਰਚੁਨੇਟਲੀ ਮੈਂ ਸਾਰਾ ਨਹੀਂ ਸੁਣ ਪਾਈ, ਬਟ ਆਈ ਥਿੰਕ ਬਹੁਤ ਜ਼ਰੂਰੀ ਹੈ ਵੀ ਸਾਨੂੰ ਸਿੱਖ ਕਮਿਊਨਿਟੀ 'ਚ ਅਵੇਅਰਨੈਸ ਸਪਰੈਡ ਕਰਨੀ ਚਾਹੀਦੀ ਹੈ, ਕਿਉਂਕਿ ਜਿੱਦਾਂ ਦਾਦੂ ਪਾਪਾ ਨੇ ਕਿਹਾ ਇਹ ਸਾਨੂੰ ਬਹੁਤ ਰੈਲੇਵੈਂਟ ਹੈ। ਐਂਡ ਅਸੀਂ, ਮੈਨੂੰ ਹੁਣ ਇਹ ਯਾਦ ਨਹੀਂ ਵੀ ਕਿਹੜੇ ਗੁਰੂ ਸਾਹਿਬ ਦੀ ਸਾਖੀ ਸੀਗੀ, ਬਟ ਇਹ ਗੁਰੂ ਸਾਹਿਬ ਦੀ ਸਾਖੀ ਵੀ ਹੈਗੀ ਹੈ ਜਿਸ